ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ ਤੇ ਗਾਲ ਬਿਨਾਂ ਕਦੇ ਪੰਗਾ ਨਹੀਂ ਹੋ ਸਕਦਾ। ਜੀ ਹਾਂ, ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ ਤੇ ਗਾਲ ਬਿਨਾਂ ਕਦੇ ਪੰਗਾ ਨਹੀਂ ਹੋ ਸਕਦਾ। ਹਿੰਦੂ ਸਿੱਖ ਤੇ ਮੁਸਲਮਾਨ ਤਿੰਨੇ ਜੇ ਵੱਖ ਹੋ ਗਏ, ਹਿੰਦੂ ਸਿੱਖ ਤੇ ਮੁਸਲਮਾਨ ਤਿੰਨੇ ਜੇ ਵੱਖ ਹੋ ਗਏ, ਤਿੰਨਾਂ ਬਿਨਾਂ ਤਿਰੰਗਾ ਨਹੀਂ ਹੋ ਸਕਦਾ। ਜੋ ਦੂਜਿਆਂ ਦੀ ਰਹੇ ਬੁਰਾਈ ਕਰਦਾ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ, ਉਹ ਆਪ ਵੀ ਚੰਗਾ ਨਹੀਂ ਹੋ ਸਕਦਾ। ਦੋਸਤੋ, ਮੈਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਅਤੇ ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕੱਲ੍ਹ ਅਸੀਂ ਗੱਲ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ, ਉਹਨਾਂ ਦੀ ਲਾਸਾਨੀ ਕੁਰਬਾਨੀ ਦੀ ਗੱਲਬਾਤ ਕੀਤੀ ਸੀ। ਬਹੁਤ ਸਾਰੀਆਂ ਗੱਲਾਂ ਕੱਲ੍ਹ ਰਹਿ ਗਈਆਂ ਸੀਗੀਆਂ, ਪਰ ਅਸੀਂ ਵਿੱਚ ਵਿੱਚ ਪ੍ਰੋਗਰਾਮ ਨੂੰ ਜਿਵੇਂ ਕਹਿੰਦੇ ਕਿ ਸੰਸਾਰ ਨੂੰ ਚੱਲਦੇ ਰਹਿਣਾ ਪੈਣਾ ਹੈ, ਸ਼ੋਅ ਮਸਟ ਗੋ ਔਨ। ਸੋ ਅੱਜ ਦਾ ਸ਼ੋਅ ਜਿਹੜਾ ਰੂਟੀਨ ਦੇ ਵਿੱਚ ਹੋਏਗਾ, ਫਿਰ ਵੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਨਾਲ ਯਾਦ ਕਰ ਸਕਦੇ ਹੋ। ਕੱਲ੍ਹ ਵਾਲੇ ਵਿਸ਼ੇ ਨੂੰ ਵੀ ਅਸੀਂ ਨਾਲ ਕਰ ਸਕਦੇ, ਪਰ ਮੇਰੇ ਵੱਲੋਂ ਵਿਸ਼ਾ ਜਿਹੜਾ ਅੱਜ ਥੋੜ੍ਹਾ ਵੱਖਰਾ ਰਹੇਗਾ। ਗੱਲ ਕਰੀਏ ਜੀ, ਅੱਜ ਉੜਦੀਆਂ ਖਬਰਾਂ ਹੁੰਦੀਆਂ, ਖਬਰਾਂ ਦੁਨੀਆ ਰੰਗ ਬਿਰੰਗੀ ਦੀਆਂ ਹੁੰਦੀਆਂ, ਅਤੇ ਇੱਕ ਕੁਛ ਪੰਜਾਬ ਦੀ ਪੋਲੀਟਿਕਸ ਦੀਆਂ ਖਬਰਾਂ ਵੀ ਸਾਡੇ ਕੋਲ ਹੁੰਦੀਆਂ, ਅਤੇ ਉਹਦੇ 'ਚ ਕੋਸ਼ਿਸ਼ ਕਰੀਦੀ ਹੈ ਕਿ ਖਬਰਾਂ ਦੇ ਵਿੱਚੋਂ ਕੋਈ ਇਹੋ ਜਿਹੀਆਂ ਖਬਰਾਂ ਹੋਣ ਜਿਹੜੀਆਂ ਕਿ ਸਾਨੂੰ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ, ਪਰ ਉਹ ਖਬਰਾਂ ਸੱਚੀਆਂ ਹੁੰਦੀਆਂ। ਸ਼ੁਰੂ ਕਰਦੇ ਜੀ ਉੜਦੀਆਂ ਖਬਰਾਂ, ਉਹਦੇ 'ਚ ਪਹਿਲੀ ਖਬਰ ਜਿਹੜੀ ਲੈਂਦੇ ਹਾਂ ਕਿ ਭਾਰਤ ਤੋਂ ਇੱਕ ਸੱਪ 7600 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੰਗਲੈਂਡ ਪਹੁੰਚਿਆ। ਦੇਖੋ ਜੀ, ਇਹਦੇ 'ਚ ਹੁਣ ਖਬਰ 'ਚ ਹੈਰਾਨੀ ਵਾਲੀ ਗੱਲ ਹੈਗੀ ਵੀ ਹੈ ਅਤੇ ਨਹੀਂ ਵੀ ਹੈਗੀ। ਹੈਰਾਨੀ ਵਾਲੀ ਗੱਲ ਇਹ ਇਸ ਕਰਕੇ ਹੈ ਨਹੀਂ ਕਿ ਸੱਪ ਆ ਗਿਆ ਅਤੇ ਆ ਗਿਆ ਫਿਰ ਇਹ 'ਚ ਕਿਹੜੀ ਗੱਲ। ਹੈਰਾਨੀ ਵਾਲੀ ਗੱਲ ਇਹ ਵੀ ਹੈਗੀ ਆ ਵੀ ਸੱਪ ਆਇਆ ਕਿੱਦਾਂ, ਸੱਪ ਦਾ ਵੀਜ਼ਾ ਕਿਵੇਂ ਲੱਗਿਆ, ਸੱਪ ਨੂੰ ਲੈ ਕੇ ਕੌਣ ਆਇਆ, ਕੀ ਸੱਪ ਕਿਸੇ ਦੇ ਨਾਲ ਟੈਚੀ ਦੇ ਵਿੱਚ ਬੈਠ ਕੇ ਆ ਗਿਆ, ਜਾਂ ਫਿਰ ਇਸ ਸੱਪ ਨੇ ਵੀ ਕਿਸੇ ਏਜੰਟ ਨੂੰ 25-30 ਲੱਖ ਰੁਪਈਆ ਚੜਾਇਆ ਵੀ ਮੈਨੂੰ UK ਪਹੁੰਚਾ ਦੇ। ਇਹਨਾਂ ਸਾਰਿਆਂ 'ਚੋਂ ਕੁਛ ਨਹੀਂ ਹੈ। ਕਿਹਾ ਇਹ ਜਾਂਦਾ ਜੀ ਅਸੈਕਸ ਕੰਪਨੀ ਹੈਗੀ, ਕਾਰਗੋ ਐਕਸੈਕਸ ਨਾਂ ਦੀ ਕਾਰਗੋ ਕੰਪਨੀ ਹੈਗੀ ਇੱਕ, ਉਹਦੇ ਵਿੱਚ ਪੁਰਫ ਲੀਡ ਦੇ ਜਿਹੜਾ ਕੋਈ ਹੈਗਾ, ਉਹਨਾਂ ਦੀ ਕੰਪਨੀ ਦਾ ਨਾਮ ਹੀ ਹੈ ਇਹ, ਉਸ ਕੰਪਨੀ ਦੇ ਇੱਕ ਜਹਾਜ਼ ਦੇ ਵਿੱਚ ਇਹ ਸੱਪ ਨਾਲ ਬੈਠ ਕੇ ਆ ਗਿਆ, ਸਾਈਡ 'ਤੇ ਬੈਠ ਕੇ ਆ ਗਿਆ। ਔਰ ਹੈਰਾਨੀ ਦੀ ਗੱਲ ਇਹ ਹੈ ਵੀ 7600 ਮੀਲ ਦੇ ਵਿੱਚ ਨਾ ਤਾਂ ਸੱਪ ਨੂੰ ਕੁਛ ਖਾਣ ਪੀਣ ਨੂੰ ਮਿਲਿਆ ਅਤੇ ਨਾ ਹੀ ਮੌਸਮ ਜਿਹੜਾ ਸੀ ਉਹਦੇ ਅਨੁਕੂਲ ਸੀ, ਫਿਰ ਵੀ ਸੱਪ ਜਿੰਦਾ ਬਚ ਕੇ ਜਿਹੜਾ ਉੱਥੇ ਪਹੁੰਚ ਗਿਆ। ਬੋਏਗਾ ਨਸਲ ਦਾ ਇਹ ਸੱਪ ਹੈਗਾ ਜਿਹੜਾ ਕਿ ਇੰਗਲੈਂਡ ਦੇ ਵਿੱਚ ਬਿਨਾਂ ਵੀਜ਼ਾ, ਬਿਨਾਂ ਟਿਕਟ, ਬਿਨਾਂ ਕਿਸੇ ਏਜੰਟ ਨੂੰ ਪੈਸੇ ਦਿੱਤੇ ਪਹੁੰਚ ਗਏ। ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਯਾਰ ਉਹ ਸੱਪ ਨੂੰ ਮਿਲਾ ਦਿਉ ਸਾਨੂੰ, ਅਸੀਂ ਉਹਦੇ ਤੋਂ ਹਿਸਾਬ ਲਾ ਲਈਏ, ਪਰ ਉਦੋਂ ਹਿਸਾਬ ਲਾਉਣ ਦੀ ਲੋੜ ਨਹੀਂ। ਸਾਡੇ ਪੰਜਾਬੀ ਪਹਿਲਾਂ ਫੜੇ ਗਏ ਨੇ ਜਿਹੜੇ ਜਹਾਜ਼ ਦੇ ਟਾਇਰਾਂ ਦੇ ਵਿੱਚ ਲੁੱਕ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਇਹੋ ਜਿਹੇ ਕੇਸ ਤੱਕ ਹੋਏ ਸੀਗੇ, ਪਰ ਸੱਪ ਜਿਹੜਾ ਉਹ ਚੰਗਾ ਰਹਿ ਗਿਆ ਕਿ ਉਹ ਇੰਗਲੈਂਡ ਵਾਲੇ ਜਹਾਜ਼ ਦੇ ਵਿੱਚ ਬੈਠਾ ਅਤੇ ਉਹਦਾ ਬਚਾਅ ਹੋ ਗਿਆ, ਅਤੇ ਉਹਨੂੰ ਜਿਹੜਾ ਹੈਗਾ ਉਹਨੂੰ ਜਿੱਥੇ ਸਮਾਜ ਸੇਵੀ ਸੰਸਥਾ ਜਿਹੜੀ ਹੈਗੀ ਹੈ ਜਿੱਥੇ ਜਾਨਵਰਾਂ ਨੂੰ ਐਨੀਮਲ ਰੱਖਿਆ ਜਾਂਦਾ ਉੱਥੇ ਲੈ ਗਏ ਨੇ। ਅਤੇ ਕਿਸਮਤ ਵਾਲਾ ਇਸ ਕਰਕੇ ਰਹਿ ਗਿਆ ਕਿਤੇ ਨਿਊਜ਼ੀਲੈਂਡ ਦੇ ਜਹਾਜ਼ 'ਚ ਨਹੀਂ ਬਹਿ ਗਿਆ। ਨਿਊਜ਼ੀਲੈਂਡ ਦੇ ਜਹਾਜ਼ ਦੇ ਵਿੱਚ ਜੇ ਬਹਿ ਜਾਂਦਾ ਤਾਂ ਉਹ ਏਅਰਪੋਰਟ ਤੋਂ ਬਾਹਰ ਹੀ ਨਿਕਲ ਦੇਣੇ, ਸਮਾਜ ਸੇਵੀ ਸੰਸਥਾਵਾਂ ਤਾਂ ਦੂਰ ਹੈ, ਉਹਦਾ ਉੱਥੇ ਹੀ ਮੱਕੂ ਠੱਪ ਦੇਣਾ ਸੀ ਉਹਨਾਂ ਨੇ। ਕਾਰਨ ਇਹ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਨੇ ਜਾਣਦੇ ਹੋਣਗੇ, ਜਿਹੜੇ ਗਏ ਆਏ ਹੋਣਗੇ ਜਾਂ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ, ਕਿ ਨਿਊਜ਼ੀਲੈਂਡ ਪੂਰੇ ਨਿਊਜ਼ੀਲੈਂਡ ਦੇ ਵਿੱਚ ਸੱਪ ਅਤੇ ਤੋਤਾ ਤੁਸੀਂ ਨਹੀਂ ਦੇਖੋਗੇ। ਸੱਪ ਉਹਨਾਂ ਨੇ ਏਅਰਪੋਰਟ 'ਤੇ ਰੱਖਿਆ ਹੋਇਆ ਵੀ ਇੱਥੋਂ ਤੁਸੀਂ ਜਾ ਨਹੀਂ ਸਕਦੇ। ਈਵਨ ਨਿਊਜ਼ੀਲੈਂਡ ਤੁਸੀਂ ਜਾਂਦੇ ਹੋ ਜਿਵੇਂ ਕਿ ਅਸੀਂ ਕੋਈ ਵੀ ਚਮੜੇ ਦੀ ਬਣੀ ਹੋਈ ਚੀਜ਼ ਹੈ ਉਹ ਬਕਾਇਦਾ ਲੈਬੋਰਟਰੀ ਦੇ ਵਿੱਚ ਟੈਸਟ ਹੋ ਕੇ ਜਾਂਦੀ ਹੈ। ਜਿਵੇਂ ਢੋਲਕੀਆਂ ਲੈ ਕੇ ਜਾਂਦੇ ਕਲਾਕਾਰ, ਅਤੇ ਢੋਲਕੀ ਪਹਿਲਾਂ ਉਹ ਰੱਖਦੇ ਨੇ, ਦੋ ਦਿਨ ਲੈਬੋਰਟਰੀ ਟੈਸਟ ਕਰਦੇ ਨੇ ਵੀ ਚਮੜੇ ਦੀ ਹੈਗੀ, ਇਹਨਾਂ ਕੋਈ ਇਨਫੈਕਸ਼ਨ ਵਗੈਰਾ ਤਾਂ ਨਹੀਂ ਹੈ, ਫਿਰ ਜਾ ਕੇ ਉਹ ਕਲਾਕਾਰਾਂ ਢੋਲਕੀ ਦਿੰਦੇ। ਫਿਰ ਇੱਕ ਅੱਧਾ ਪ੍ਰੋਗਰਾਮ ਜਿਹੜਾ ਕਰਨਾ ਹੁੰਦਾ ਗੁਰਦੁਆਰੇ ਢੋਲਕੀ ਲੈ ਕੇ ਉੱਥੇ ਸਾਰਨਾ ਪੈਂਦਾ। ਫਿਰ ਮੁੱਖ ਦੀ ਗੱਲ ਇਹ ਹੈ ਕਿ ਸੱਪ ਚੰਗਾ ਰਹਿ ਗਿਆ, ਨਿਊਜ਼ੀਲੈਂਡ ਨਹੀਂ ਗਿਆ, ਆਪਣਾ ਇੱਧਰ ਚਲੇ ਗਿਆ। ਚਲੋ ਅਗਲਾ ਜੀ, ਅਸੀਂ ਅਕਸਰ ਦੇਖਿਆ ਕਿ ਸਾਡੇ ਕੋਈ ਸੱਟ ਪੇਟ ਲੱਗ ਜਾਂਦੀ ਮਾੜੀ ਜੀ, ਤਾਂ ਅਸੀਂ ਦਿਲ ਛੱਡ ਜਾਂਦੇ ਹਾਂ ਵੀ ਹੁਣ ਮੈਂ ਕੀ ਕਰੂੰ ਸਾਰੀ ਜ਼ਿੰਦਗੀ, ਹੁਣ ਮੈਂ ਬਸ ਆਏ ਮੈਂ ਮਰ ਗਿਆ, ਓਏ ਆਏ ਰੱਬਾ ਤੂੰ ਆਹ ਕੀ ਕੀਤਾ, ਕਰਦੇ ਰਹਿੰਦੇ ਹਾਂ।
ਪਰ 31 ਸਾਲਾ ਇੰਗਲੈਂਡ ਦੀ ਲੇਡੀ ਹੈ, 31 ਸਾਲਾ ਵਿੰਟਰ ਮਿਰਾਜ ਇੰਜੀਨੀਅਰ ਹੈ ਉੱਥੇ ਕੋਈ, ਉਹਦਾ ਐਕਸੀਡੈਂਟ ਹੋ ਗਿਆ। ਉਹਦੀਆਂ ਬਾਹਾਂ ਦੀਆਂ, ਲੱਤਾਂ ਦੀਆਂ, ਰੀੜ੍ਹ ਦੀ ਹੱਡੀ ਜਿਹੜੀ ਹੈ ਉਹ ਵੀ ਟੁੱਟ ਗਈ, ਸਾਰਾ ਕੁਛ ਹੱਡੀਆਂ ਉਹਦੀਆਂ ਟੁੱਟ ਗਈਆਂ। ਜਦੋਂ ਇੱਕ ਵਾਰੀ ਤੁਹਾਨੂੰ ਸੋਚਿਆ ਲੈ ਵੀ ਹੁਣ ਗਏ ਆਪਾਂ ਕੰਮ ਤੋਂ, ਕਰਾਂਗੇ ਕੀ, ਪਰ ਸਿਆਣੇ ਕਹਿੰਦੇ ਆ ਜੇ ਤੁਸੀਂ ਹਿੰਮਤ ਰੱਖਦੇ ਹੋ ਤਾਂ ਸਭ ਕੁਛ ਕਰ ਸਕਦੇ ਹੋ। ਉਹਨੇ ਕੀ ਕੀਤਾ, ਜਦੋਂ ਹੱਡੀਆਂ ਹੁੱਡੀਆਂ ਨਾ ਜੁੜੀਆਂ, ਬਾਹਲੀਆਂ ਕੰਮ ਕੁੰਮ ਕਰ ਜੋਗੀ ਨਾ ਰਹੀ, ਤਾਂ ਬੜੀ ਕਮਾਲ ਦੀ ਚੀਜ਼ ਲੈ ਉਹਨੇ ਇਸਤੇਮਾਲ ਕੀਤੀ ਹੈ, ਅੱਜ ਦੀ ਟੈਕਨੀਕ ਤੋਂ ਕੰਮ ਲਿਆ। ਟੈਕਨੀਕ ਅਸੀਂ ਦੇਖਿਆ ਵੀ ਇੰਨੀ ਜ਼ਿਆਦਾ ਆ ਗਈ ਆ, ਕੋਈ ਪਤਾ ਨਹੀਂ ਹਫ਼ਤੇ ਵਿੱਚ ਹੀ ਤੁਹਾਡੇ ਇੱਥੇ ਕੈਮਰਾ ਲੱਗਿਆ ਦਿਸਦਾ ਹੈ ਨਹੀਂ, ਵਿੱਚ ਹੀ ਉਂਗਲ ਦੇ ਫਿੱਟ ਕੀਤਾ ਤੁਹਾਨੂੰ ਰਿਕਾਰਡ ਕਰ ਸਕਦਾ, ਕੋਈ ਪਤਾ ਨਹੀਂ ਤੁਹਾਡੇ ਨੱਕ ਦੇ ਵਿੱਚ ਕੈਮਰਾ ਲੱਗਾ ਕਿੱਥੇ ਲੱਗਿਆ, ਕੋਈ ਬੜਾ ਕੁਛ ਟੈਕਨੀਕ ਆ ਗਈ। ਇਸ ਲੇਡੀ ਨੇ ਵੀ ਉਸ ਤਕਨੀਕ ਦੀ ਵਰਤੋਂ ਕਰਦਿਆਂ ਹੋਇਆਂ ਆਪਣੇ ਹੱਥਾਂ ਦੇ ਵਿੱਚ ਚਿੱਪ ਲਵਾ ਲਈ, ਚਿੱਪ ਲਵਾ ਲਈ। ਇੱਥੇ ਚਿੱਪ ਨੂੰ ਦਬਾਉਂਦੀ ਆ ਤਾਂ ਸਾਰਾ ਉਹਦੇ ਸਕਰੀਨ ਬਣ ਜਾਂਦੀ ਆ, ਇੱਥੇ ਬਾਂਹ ਦੇ ਉੱਪਰ ਉਹਨੇ ਮੋਬਾਈਲ ਵਾਂਗੂ ਸਕਰੀਨ ਲਵਾ ਲਈ ਆ, ਇੱਥੋਂ ਹੀ ਕੋਈ ਈਮੇਲ ਕਰਨੀ ਤਾਂ ਐਂ ਬੈਠੀ ਬੈਠੀ ਕਰ ਲਈ। ਚਲੋ ਇੱਕ ਚਿੱਪ ਉਹਨੇ ਇਹ ਪਵਾ ਲਈ ਆ, ਉਹ ਚਿੱਪ ਦੇ ਵਿੱਚ ਦਰਵਾਜ਼ਾ ਜਿਹੜਾ ਆਟੋਮੈਟਿਕ ਆ, ਉਹ ਚਿੱਪ ਜਦੋਂ ਕਰਦੀ ਦਰਵਾਜ਼ੇ ਕੋਲ ਜਾ ਕੇ, ਜਿੱਦਾਂ ਸਾਡੇ ਕਾਰਡ ਹੁੰਦੇ ਪੰਚ ਇਨ ਕਰਨ ਵਾਲੇ, ਉਹ ਐਂ ਕਰਦੀ ਹੈ ਤਾਂ ਉਹਨਾਂ ਦਰਵਾਜ਼ਾ ਖੁੱਲ੍ਹ ਜਾਂਦਾ, ਚਿੱਪ ਉਹਦੇ ਹੱਥ 'ਚ ਹੀ ਆ। ਅਤੇ ਤੀਜਾ ਕੰਮ ਉਹਨੇ ਇਹ ਕੀਤਾ, ਉਂਗਲਾਂ ਦੇ ਵਿੱਚ ਚੁੰਬਕ ਫਿੱਟ ਕਰਾ ਲਈ, ਚੁੰਬਕ ਫਿੱਟ ਕਰਾ ਲਈ, ਕੋਈ ਚੀਜ਼ ਚੱਕਣੀ ਜੇ ਪੈਨ ਨਹੀਂ ਚੱਕ ਹੁੰਦਾ, ਐਂ ਚੱਕਿਆ ਚਲੋ ਲਿਖ ਲਓ, ਪਰ ਲਿਖਣ ਲਿਖਣ ਦੀ ਲੋੜ ਹੀ ਨਹੀਂ ਜਿੱਥੇ ਅੱਜ ਕੱਲ੍ਹ ਇੰਨੀ ਤਕਨੀਕ ਹੈਗੀ। ਮੁੱਕਦੀ ਗੱਲ ਇਹ ਜੀ, ਉਹਨੇ ਆਪਣੇ ਕੰਪਿਊਟਰ ਫਿੱਟ ਕਰਾ ਕੇ ਅਤੇ ਮਾਈਕਰੋਚਿਪਸ ਜਿਹੜੀਆਂ ਹੈਗੀਆਂ ਉਹ ਫਿੱਟ ਕਰਾ ਕੇ, ਅਤੇ ਅੱਜ ਉਹ ਬਹੁਤ ਵਧੀਆ ਜ਼ਿੰਦਗੀ ਜੀਉ ਰਹੀ ਹੈ, ਪੂਰਾ ਆਪਣਾ ਆਫਿਸ ਦਾ ਅਤੇ ਘਰ ਦਾ ਕੰਮ ਕਰ ਰਹੀ ਹੈ, ਉਹਨੂੰ ਕੋਈ ਪ੍ਰੋਬਲਮ ਨਹੀਂ। ਸੋ ਇਹ ਚੀਜ਼ ਸਾਨੂੰ ਇਹ ਸਿਖਾਉਂਦੀ ਹੈ ਕਿ ਅਗਰ ਅਸੀਂ ਚਾਹੀਏ, ਜਿੰਨਾ ਮਰਜ਼ੀ ਕੰਮ ਔਖਾ ਹੋਵੇ, ਜਿੰਨਾ ਮਰਜ਼ੀ ਸਾਡੀ ਸਿਹਤ ਠੀਕ ਨਹੀਂ ਹੈ, ਵੈਸੇ ਤਾਂ ਸਾਡਾ ਸਰੀਰ ਜੇ ਸਾਰਾ ਠੀਕ ਹੈ, ਸਾਡਾ ਦਿਮਾਗ ਉਹਨੂੰ ਕਮਾਂਡ ਦਿੰਦਾ, ਚਲੋ ਆਹ ਚੀਜ਼ ਚੱਕ ਲੈ, ਚਲੋ ਆਹ ਚੀਜ਼ ਫਲਾਨੇ ਦੀ ਚੋਰੀ ਕਰ ਲੈ, ਫਲਾਨੇ ਦੇ ਘਸੁੰਨ ਮਾਰ ਦੇ, ਇੱਥੇ ਨਹੀਂ ਮਾਰ ਨੱਕ 'ਤੇ ਮਾਰ। ਇਹ ਦਿਮਾਗ ਸਾਨੂੰ ਇੰਸਟਰਕਸ਼ਨ ਦਿੰਦਾ ਤਾਂ ਅਸੀਂ ਸਰੀਰ ਦੇ ਅੰਗਾਂ ਤੋਂ ਜਿਹੜਾ ਮਰਜ਼ੀ ਕੰਮ ਉਹ ਕਰਾ ਸਕਦੇ ਹਾਂ, ਠੀਕ ਹੈ। ਅਤੇ ਪਰ ਇਹ ਹੁਣ ਵਿਚਾਰੀ ਦੇ ਜਦੋਂ ਸਰੀਰ ਦਿਮਾਗ ਹੀ ਦਿਮਾਗ ਕਹਿੰਦਾ ਵੀ ਆ ਕਰ ਤੂੰ ਕੰਮ, ਉਹ ਨਹੀਂ ਕਰ ਹੁੰਦਾ, ਉਹ ਹੱਥ ਪੈਰ ਉਹਦੇ ਨਹੀਂ ਚੱਲਦੇ, ਤਾਂ ਫਿਰ ਉਹਨੇ ਆਹ ਕੰਮ ਬਹੁਤ ਵਧੀਆ ਲਿਆ। ਇਹਦਾ ਮਤਲਬ ਇਹ ਹੈ ਕਿ ਕੁਛ ਵੀ ਅਸੰਭਵ ਨਹੀਂ ਹੈ ਇਸ ਦੁਨੀਆ ਦੇ ਵਿੱਚ। ਲਓ ਜੀ, ਅਗਲੀ ਬੜੀ ਵਧੀਆ ਖਬਰ ਜਿਹੜੀ ਹੈਗੀ ਆ ਭਾਰਤ ਦੀ ਹੈਗੀ ਮੇਰਠ ਦੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਅਸੀਂ ਸੁਣਿਆ ਹੋਊਗਾ ਲੀਡਰਾਂ ਨੂੰ ਵੀ ਉਹਨੇ ਸੜਕ ਖਾ ਲਈ ਜੀ, ਫਲਾਨਾ ਲੀਡਰ ਰੇਤਾ ਖਾ ਗਿਆ, ਫਲਾਨਾ ਲੀਡਰ ਚਾਰਾ ਖਾ ਗਿਆ, ਇਹੋ ਜਿਹਾ ਬੜਾ ਕੁਛ ਖਾਂਦੇ ਸੁਣਿਆ ਹੋਏਗਾ ਕਿ ਇੰਨੇ ਕਰੋੜ ਦਾ ਫਲਾਨਾ ਇਹ ਖਾ ਗਿਆ, ਉਹ ਖਾ ਗਿਆ, ਬੱਜਰੀ ਖਾ ਗਏ, ਹੋਰ ਕੋਈ ਕੁਛ ਖਾ ਗਏ ਲੀਡਰ ਸਾਡੇ ਜਿਹੜੇ ਹੈਗੇ ਆ, ਪਰ ਉਹਨਾਂ ਦਾ ਹਾਜ਼ਮਾ ਖਰਾਬ ਨਹੀਂ ਹੁੰਦਾ। ਉਹ ਅਸਲ ਦੇ ਵਿੱਚ ਉਹ ਇਹ ਨਹੀਂ ਵੀ ਸੜਕ 'ਚ ਪਈ ਹੈ ਤਾਂ ਪੱਟ ਕੇ ਉਹਨੂੰ ਕਹੀ ਦੇ ਨਾਲ ਅਤੇ ਉਹਨੂੰ ਐਂ ਖਾਂਦਾ, ਇੱਦਾਂ ਨਹੀਂ ਖਾਂਦੇ, ਜਾਂ ਰੇਤਾ ਪਈ ਹੈ ਤਾਂ ਫੱਕੇ ਮਾਰ ਮਾਰ ਖਾਈ ਜਾਂਦਾ, ਅਤੇ ਇੱਦਾਂ ਨਹੀਂ ਵੀ ਚਾਰਾ ਵਾ ਤੋਂ ਚਾਰਾ ਐਂ ਕੁਤਰਿਆ ਅਤੇ ਫਿਰ ਨਾਲ ਮੂਹਰੇ ਰੱਖ ਕੇ ਕੌਲੀ ਦੇ ਵਿੱਚ ਥਾਲੀ ਦੇ ਵਿੱਚ ਰੱਖ ਕੇ ਖਾਧਾ। ਉਹ ਅਸਲ 'ਚ ਉਹਨਾਂ ਦੀ ਜਿਹੜੀ ਪੈਸੇ ਹੁੰਦੇ ਆ ਉਹ ਖਾਂਦੇ ਨੇ, ਉਹਨਾਂ ਨੂੰ ਆਈ ਗ੍ਰਾਂਟ ਜਿਹੜੀ ਆ ਜਾਂ ਸੜਕਾਂ ਦੀ ਗ੍ਰਾਂਟ ਜਾਂ ਉਹ ਖਾਂਦੇ ਨੇ। ਪਰ ਅਸਲ ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਹੋ ਜਿਹੀ ਔਰਤ ਹੈਗੀ ਆ, ਉਹ ਇੱਦਾਂ ਨਹੀਂ ਖਾਂਦੀ, ਉਹ ਸੱਚੀ ਮੁੱਚੀ ਚੀਜ਼ਾਂ ਖਾਂਦੀ ਹੈ। ਔਰ ਖਾਂਦੀ ਵੀ ਕੀ ਹੈ ਜਿਹਦਾ ਅਜੀਬ ਜਿਹਾ ਲੱਗਦਾ ਸੁਣ ਕੇ, ਔਰਤ ਖਾਂਦੀ ਹੈ ਜੀ ਜ਼ਿਆਦਾ ਮੰਗਲ ਸੂਤਰ ਅਤੇ ਚੂੜੀਆਂ ਜਿੱਥੇ ਉਹਨੂੰ ਲਿਭਦਾ। ਪਰ ਉਦੋਂ ਬਾਅਦ ਪਹਿਲਾਂ ਕਹਿੰਦੇ ਵੀ ਉਹਨੇ ਮੰਗਲ ਸੂਤਰ ਅਤੇ ਚੂੜੀਆਂ ਖਾਧੀਆਂ, ਅਤੇ ਫਿਰ ਉਦੋਂ ਬਾਅਦ ਮੈਟਲ ਜਿਹੜਾ ਹੋਰ ਹੈ ਉਹ ਵੀ ਖਾਣਾ ਸ਼ੁਰੂ ਕਰ ਦਿੱਤਾ, ਅਤੇ 1.5 ਕਿਲੋ ਉਹਦੇ ਢਿੱਡ ਦੇ ਵਿੱਚੋਂ ਇੱਦਾਂ ਜਿਹਾ ਲੋਹਾ ਲੂਹਾ ਜਿਹਾ ਨਿਕਲਿਆ, ਮੈਟਲ ਮੁਟਲ ਨਿਕਲਿਆ, 1.5 ਕਿਲੋ ਤੋਂ ਦਰਦ ਦੁਰਦ ਹੋਇਆ ਢਿੱਡ 'ਚ ਗਏ, ਤਾਂ ਉਹ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਤੇਰੇ ਢਿੱਡ ਦੇ ਅੰਦਰ ਤਾਂ ਕੋਈ ਬਾਹਰੀ ਚੀਜ਼ ਹੈ, ਬਾਹਰੀ ਚੀਜ਼ ਦੇਖਿਆ। ਉਹ ਕਹਿੰਦੇ ਵੀ ਬਾਹਰੀ ਚੀਜ਼ ਨਹੀਂ ਹੈ, ਭਾਰੀ ਚੀਜ਼ ਹੈ, ਅਤੇ ਭਾਰੀ ਚੀਜ਼ ਵਿੱਚ ਚੂੜੀਆਂ ਮੰਗਲ ਸੂਤਰ ਨਿਕਲਿਆ ਉਹਦਾ ਆਪਰੇਸ਼ਨ ਕਰਕੇ, ਅਤੇ ਉਹਨੂੰ ਇਹ ਵੈਸੇ ਕਿਹਾ ਜਾਂਦਾ ਕਿ ਇਹ ਜਦੋਂ ਬੰਦੇ ਦਿਮਾਗੀ ਤੌਰ 'ਤੇ ਠੀਕ ਨਹੀਂ ਹੁੰਦਾ ਤਾਂ ਉਦੋਂ ਇਹੋ ਜਿਹੀਆਂ ਹਰਕਤਾਂ ਕਰਦਾ, ਇਹਨੂੰ ਵੀ ਹੋ ਸਕਦਾ ਕੋਈ ਬਿਮਾਰੀ ਹੋਵੇ। ਪਰ ਜਿਹੜਾ ਹੁਣ ਲੋਹਾ ਖਾਂਦਾ, ਇੱਕ ਮੈਂ ਪਹਿਲਾਂ ਵੀ ਬੜੀ ਦੇਰ ਖਬਰ ਪੜ੍ਹੀ ਸੀ, ਉਹ ਜਹਾਜ਼ ਹੀ ਪੂਰਾ ਖਾ ਗਿਆ, ਹੌਲੀ ਹੌਲੀ ਸਾਲ 1.5 ਸਾਲ ਦੇ ਵਿੱਚ, 2 ਸਾਲ ਦੇ ਵਿੱਚ ਜਹਾਜ਼ ਹੀ ਖਾ ਗਿਆ ਪੂਰਾ, ਘਰੇ ਸੀਗਾ ਜਹਾਜ਼ ਤੋਂ ਤੋੜ ਤੋੜ ਕੇ ਖਾ ਗਿਆ। ਅਤੇ ਇਹੋ ਜਿਹਾ ਬੰਦਾ ਜਿਹੜਾ ਲੋਹਾ ਖਾਣ ਦੀ ਇਹਨੂੰ ਆਦਤ ਪੈ ਜਾਂਦੀ ਆ, ਮੈਨੂੰ ਲੱਗਦਾ ਵੀ ਜਦੋਂ ਇਹ ਡਿੱਗਦਾ ਹੋਊਗਾ ਤਾਂ ਧੜੱਪ ਦੇਣੀ ਦੀ ਆਵਾਜ਼ ਨਹੀਂ ਆਉਂਦੀ ਹੋਣੀ, ਟੰਨ ਦੇਣੀ ਦੀ ਆਵਾਜ਼ ਆਉਂਦੀ ਹੋਣੀ, ਜਦੋਂ ਕਿਸੇ ਚੀਜ਼ 'ਚ ਵੱਜਦਾ ਹੋਊ ਤਾਂ ਲੋਹੇ ਵਾਲੀ ਆਵਾਜ਼ ਹੀ ਹੋਣੀ ਜੇ ਬੰਦਾ ਲੋਹਾ ਖਾਂਦਾ। ਔਰ ਇਹ ਜਿਹੜੀ ਹੈ ਬੀਬੀ ਸੰਗੀਤਾ ਜਿਹੜੀ ਹੈਗੀ ਹੈ, ਜਦੋਂ ਕਿਤੇ ਘਰੇ ਡਿੱਗ ਡੁੱਗ ਪੈਂਦੀ ਹੋਣੀ ਹੈ, ਤਾਂ ਇਹਦੇ ਘਰ ਵਾਲਾ ਆਪਣੇ ਨਿਆਣਿਆਂ ਨੂੰ ਕਹਿੰਦਾ ਹੋਣਾ ਵੀ ਬੇਟਾ ਦੇਖੋ ਜਰਾ ਬਾਹਰ ਤੁਹਾਡੀ ਮੰਮੀ ਡਿੱਗੀ ਆ ਕਿ ਡੋਲੂ ਡਿੱਗਿਆ, ਜੇ ਡੋਲੂ ਡਿੱਗਿਆ ਹੋਇਆ ਚੱਕ ਲਿਓ ਤਾਂ ਨਹੀਂ ਤਾਂ ਉਹ ਆਪੇ ਉੱਠ ਜੂ, ਕੋਈ ਗੱਲ ਨਹੀਂ।
ਸੋ ਇਹੋ ਜਿਹੇ ਜਿਹੜੇ ਖਾਣ ਵਾਲੇ ਬੰਦੇ ਹੈਗੇ ਨੇ ਲੋਹਾ, ਜਿਵੇਂ ਬਾਕੀਆਂ ਨੂੰ ਠੰਡ ਲੱਗਦੀ ਆ, ਅਸੀਂ ਆਮ ਬੰਦਿਆਂ ਨੂੰ ਇਹਨਾਂ ਨੂੰ ਤਾਂ ਜੰਗਾਲ ਲੱਗਦਾ ਹੋਣਾ, ਲੋਹੇ ਨੂੰ ਜੰਗਾਲ ਹੀ ਲੱਗਣਾ। ਅਤੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਮੈਲ ਜੰਮ ਜਾਂਦੀ ਸੀ ਅਤੇ ਝਾਵੇਂ ਨਾਲ ਫਿਰ ਸਾਫ਼ ਕਰਦੇ ਸੀ, ਗਿੱਟਿਆਂ ਤੋਂ ਮੈਲ ਝਾਵਾਂ ਲੈ ਕੇ ਅੱਡੀਆਂ ਰਗੜ ਕੇ ਪੰਜਾਬ ਦੇ ਵਿੱਚ ਝਾਵੇਂ ਨਾਲ ਸਾਫ਼ ਕਰਦੇ ਸੀ। ਅਤੇ ਇਹ ਬੀਬੀ ਫਿਰ ਝਾਵਾਂ ਨਹੀਂ ਵਰਤਦੀ ਹੋਣੀ ਗਿੱਟੇ ਸਾਫ਼ ਕਰਨ ਵਾਸਤੇ, ਰੇਗ ਮਾਰ ਵਰਤਦੀ ਹੋਣੀ ਆ, ਅਤੇ ਰੇਗ ਮਾਰ ਦੇ ਨਾਲ ਹੀ ਆਪਣੇ ਪੈਰ ਜਿਹੜੀ ਉਹ ਸਾਫ਼ ਕਰਦੀ ਹੋਣੀ ਹੈ। ਗਿੱਟਿਆਂ ਤੋਂ ਮਤਲਬ ਮੈਲ ਨਹੀਂ ਲਾਉਂਦੀ ਹੋਊਗੀ, ਗਿੱਟਿਆਂ ਤੋਂ ਜੰਗਾਲ ਲਾਉਂਦੀ ਹੋਊਗੀ। ਖੈਰ, ਬੜੀਆਂ ਅਜੀਬ ਅਜੀਬ ਖਬਰਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਜਪਾਨ ਦੀ ਇੱਕ ਕੰਪਨੀ ਨੇ ਮਸ਼ੀਨ ਤਿਆਰ ਕੀਤੀ ਹੈ ਜਿਹੜੀ ਸੋਚਦੀ ਹੈ। ਕੀ ਸੋਚਦੀ ਹੈ, ਇਹ ਸੋਚਣ ਵਾਲੀ ਗੱਲ ਹੈ। ਇੱਕ ਜੋਕ ਵੀ ਸੀਗਾ ਪਹਿਲਾਂ ਵੀ, ਤੈਨੂੰ ਐਂ ਕਰ, ਮੈਂ ਤੈਨੂੰ 25,000 ਤਨਖਾਹ ਦੇਊਂਗਾ ਅਤੇ ਬਾਕੀ ਤੂੰ ਬਸ ਕੰਮ ਉਹ ਕਹਿੰਦਾ ਜੀ ਕੰਮ ਕਹਿੰਦਾ ਸੋਚਣਾ ਹੀ ਆ ਤੂੰ, ਤਨ ਟਾਈਮ ਕਹਿੰਦਾ ਲੱਗੂ, ਟਾਈਮ ਕਹਿੰਦੇ 8 ਘੰਟੇ ਡਿਊਟੀ ਆ, 25,000 ਤਨਖਾਹ, ਕੰਮ ਤੂੰ ਸੋਚਣਾ ਹੀ ਆ। ਉਹ ਕਹਿੰਦਾ ਜੀ ਠੀਕ ਹੈ, ਮੈਂ ਸੋਚੀ ਜਾਊਂਗਾ, ਮੈਨੂੰ ਤਨਖਾਹ ਦੇਊ ਕੌਣ? ਅਤੇ ਉਹ ਬੰਦਾ ਕਹਿੰਦਾ ਵੀ ਤੂੰ ਇਹੀ ਸੋਚਣਾ ਵੀ ਤੈਨੂੰ ਤਨਖਾਹ ਦੇਊ ਕੌਣ। ਸੋ ਇਹ ਸੋਚਣ ਵਾਲੀ ਮਸ਼ੀਨ ਤਾਂ ਆ ਗਈ, ਜੇ ਪੰਜਾਬ ਦੇ ਵਿੱਚ ਆ ਗਈ ਤਾਂ ਪੰਜਾਬ ਦੇ ਵਿੱਚ ਮੇਰੇ ਖਿਆਲ ਇਹ ਨਹੀਂ ਚੱਲਣੀ। ਸੋਚਣ ਵਾਲੀ ਮਸ਼ੀਨ ਹੈ ਪੰਜਾਬ ਦੇ ਵਿੱਚ, ਤਾਂ ਇਹ ਹਾਲ ਆ। ਬੰਦਾ ਸੌਣ ਲੱਗਾ ਮਸ਼ੀਨ ਨੂੰ ਪਰਚੀ ਫੜਾ ਦਿਆ ਕਰੂਗਾ, ਸੌਣ ਲੱਗਾ ਮੈਂ ਸੌਣ ਚੱਲਿਆ, ਤੂੰ ਭਾਈ ਮਸ਼ੀਨੇ ਐਂ ਕਰੀ ਆ, ਮੈਂ ਪਰਚੀ 'ਤੇ ਲਿਖਤਾ ਵੀ ਆਪਣੇ ਘਰ 2 ਬਲਬ ਨੇ, 1 ਪੱਖਾ ਚੱਲਦਾ ਹੁੰਦਾ, 1 ਡੋਰ ਬਿੱਲ ਹੈ, ਹੋਰ ਕੋਈ ਚੀਜ਼ ਬਿਜਲੀ 'ਤੇ ਨਹੀਂ ਹੈਗੀ, ਫਿਰ ਵੀ ਘਰ ਦਾ ਬਿੱਲ ਜਿਹੜਾ 600 ਰੁਪਈਆ ਕਿਉਂ ਆਉਂਦਾ, ਤੂੰ ਇਹ ਸੋਚਣਾ। ਮਸ਼ੀਨ ਨੇ ਸਵੇਰੇ ਕਹਿਣਾ ਵੀ ਨਹੀਂ ਭਾਈ ਇਹ ਮੇਰੇ ਵੱਸ ਦੀ ਗੱਲ ਨਹੀਂ ਤੁਹਾਡੇ ਇਹੋ ਜਿਹੇ ਸੋਚਣ ਦਾ, ਮੈਂ ਤਾਂ ਜਪਾਨ ਹੀ ਚੱਲੀ ਹਾਂ। ਤਾਂ ਨਿਆਣਿਆਂ ਨੇ ਕਹਿਣਾ ਕੁੰਡੀ ਲਾ ਲਓ, ਕਿਤੇ ਮਸ਼ੀਨ ਚੱਲੀ ਨਾ ਜਾਵੇ, ਸੋਚਣ ਵਾਲੀ ਮਸ਼ੀਨ ਧੱਕੇ ਨਾ ਉਹਨੂੰ ਸੋਚਣ ਲਾ ਦਿਓ, ਤੂੰ ਆਹ ਸੋਚ, ਤੂੰ ਆਹ ਸੋਚ, ਤੂੰ ਆਹ ਸੋਚ। ਸੋ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦਾ ਸੋਚਦੀਆਂ, ਇਹ ਟੈਕਨੀਕ ਜਿਹੜੀ ਆ ਇਸ ਤਰ੍ਹਾਂ ਦੀ ਕੱਢੀ ਜਾਂਦੀ ਆ, ਅਤੇ ਕਿਸੇ ਨਾ ਕਿਸੇ ਕਾਰਨ ਕਰਕੇ ਕੱਢੀ ਜਾਂਦੀ ਹੈ ਔਰ ਕਾਮਯਾਬ ਵੀ ਹੁੰਦੀਆਂ ਨੇ। ਅੱਜ ਕੱਲ੍ਹ ਤਾਂ ਕਹਿੰਦੇ ਵੀ ਤੁਹਾਡੇ ਵਰਗਾ ਬੰਦਾ ਤੁਸੀਂ ਚਾਹੀਦਾ, ਮੈਨੂੰ ਇੱਕ ਹੋਰ ਚਾਹੀਦਾ ਯਾਰ, ਮੇਰੇ ਕੋਲ ਕੰਮ ਬਹੁਤ ਹੁੰਦਾ ਮੁੱਕਦਾ ਨਹੀਂ ਹੈਗਾ। ਅਤੇ ਚੀਨ ਵਾਲੇ ਉਹ ਵੀ ਤਿਆਰ ਕਰ ਦਿੰਦੇ ਵੀ ਜਮਾ ਅੱਛਾ ਫੋਟੋ ਦੇ ਦਿਓ, ਇੱਦਾਂ ਦਾ ਹੀ ਬੰਦਾ ਅਸੀਂ ਤੁਹਾਡਾ ਤਿਆਰ ਕਰ ਦਾਂਗੇ, ਜਿਵੇਂ ਕਿ ਆਪਾਂ ਪੇਂਟਿੰਗ ਤਿਆਰ ਕਰਨੀ ਹੁੰਦੀ ਹੈ, ਉਹ ਬੰਦਾ ਇੱਦਾਂ ਤਿਆਰ ਕਰਦੇ। ਟੈਕਨੀਕ ਇੰਨੀ ਹਾਵੀ ਹੋ ਗਈ, ਇੰਨੀ ਜ਼ਿਆਦਾ ਹੋ ਗਈ ਟੈਕਨੀਕ। ਚਲੋ, ਟੈਕਨੀਕ ਦੀਆਂ ਗੱਲਾਂ ਬਾਅਦ ਦੇ ਵਿੱਚ ਕਰਾਂਗੇ, ਹੁਣ ਬਾਕੀ ਦੀਆਂ ਖਬਰਾਂ 2 ਹੋਰ ਮੇਰੇ ਕੋਲ ਹੈਗੀਆਂ ਪੰਜਾਬ ਨਾਲ ਸੰਬੰਧਿਤ। ਵਿਸ਼ਾ ਮੈਂ ਹੋਰ ਲੈ ਕੇ ਆਇਆ ਸੀ, ਪਰ ਮੈਨੂੰ ਫਿਰ 2-3 ਫੋਨ ਆਏ ਹੁਣ ਪ੍ਰੋਗਰਾਮ ਤੋਂ ਪਹਿਲਾਂ, ਫੋਨ ਆਏ ਲੋਕਲ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖਬਰਾਂ ਖੁਬਰਾਂ ਦੇਖੀਆਂ ਹੋਣੀਆਂ। ਸਵਾਲ ਉਹਨਾਂ ਨੇ ਮੈਨੂੰ ਪੁੱਛੇ ਅਤੇ ਮੈਂ ਕਿਹਾ ਵੀ ਮੈਂ ਜਵਾਬ ਕਿਉਂ ਦੇਵਾਂ, ਜਵਾਬ ਫਿਰ ਤੁਹਾਡੇ ਕੋਲ ਹੀ ਪੁੱਛ ਦੇਦਾ। ਪੰਜਾਬ ਨਾਲ ਸੰਬੰਧਿਤ 2 ਖਬਰਾਂ ਨੇ, ਜਿਨ੍ਹਾਂ ਦੇ ਵਿੱਚੋਂ 1 ਮੇਰਾ ਅੱਜ ਦਾ ਵਿਸ਼ਾ ਹੋਏਗੀ। 1 ਖਬਰ, ਉਹ ਖਬਰ ਕਿਹੜੀ ਹੈ ਉਹ ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ ਦੱਸੂੰਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਇੱਕ ਵਾਰ ਫਿਰ ਖਬਰਾਂ ਦੀ ਗੱਲ ਕਰ ਲਈਏ, 2 ਬੱਚੀਆਂ ਸੀਗੀਆਂ। ਇੱਕ ਤਾਂ ਇਹ ਸੀਗੀ ਕਿ ਬਾਦਲ ਸਾਹਿਬ ਨੇ ਕਿਹਾ ਖਬਰ ਕਿ ਇਹ ਲਾਈ ਆ ਕਿ ਕੈਪਟਨ ਜਿਹੜਾ ਹੈਗਾ ਜਾਂ ਕੈਪਟਨ ਸਰਕਾਰ ਹੈਗੀ ਆ ਉਹ ਮੇਰੇ ਪਰਿਵਾਰ ਨੂੰ ਬਦਨਾਮ ਕਰਕੇ ਸਿਆਸੀ ਲਾਹਾ ਲੈ ਰਹੇ ਨੇ। ਮਤਲਬ ਸਿੱਧੇ ਲਫ਼ਜ਼ਾਂ 'ਚ ਉਹ ਇਹ ਕਹਿਣਾ ਚਾਹੁੰਦੇ ਨੇ ਜੇਠ ਦੇ ਬੁਰੇ ਦਿਨ ਆਏ ਕਿ ਇੱਕਰਾਂ ਨੂੰ ਪਾਵੇ ਜੱਫੀਆਂ। ਅਤੇ ਚਲੋ, ਇਸ ਖਬਰ ਦਾ ਸਾਰ ਜਿਹੜਾ ਇਹ ਬਣਦਾ ਹੈ ਕਿ ਜਦੋਂ ਜਾਂ ਤਾਂ ਕੈਪਟਨ ਸਾਹਿਬ ਨੇ ਇਸ ਕਰਕੇ ਹੋ ਸਕਦਾ ਬਾਦਲ ਸਾਹਿਬ ਦੇ ਭਲੇ ਵਾਸਤੇ ਹੀ ਇਹ ਗੱਲ ਕਹੀ ਹੋਵੇ, ਉਹਨਾਂ 'ਤੇ ਇਲਜ਼ਾਮ ਲਾਏ ਹੋਣ ਵੀ ਲੋਕਾਂ ਨੂੰ ਇਹ ਨਹੀਂ ਲੱਗੇ ਵੀ ਅੰਦਰੋਂ ਇਕੱਠੇ ਹੈ, ਜਾਂ ਫਿਰ ਇਹ ਹੋ ਸਕਦਾ ਵੀ ਜਦੋਂ ਤੁਸੀਂ ਸੀਗੇ ਸਰਕਾਰ ਦੇ ਵਿੱਚ ਉਦੋਂ ਉਹ ਇਲਜ਼ਾਮ ਲਾਉਂਦੇ ਸੀਗੇ ਵੀ ਤੁਸੀਂ ਇਹਨਾਂ ਕੋਲ ਪਰਿਵਾਰਕ ਹੱਕ ਸੀਗਾ, ਵੀ ਉਦੋਂ ਜਦੋਂ ਸਰਕਾਰ ਦੇ ਵਿੱਚ ਤੁਸੀਂ ਸੀਗੇ ਜਾਂ ਹੁਣ ਵਿਰੋਧੀ ਪਾਰਟੀ ਦੇ ਵਿੱਚ ਵੀ ਤੁਹਾਡੇ ਕਈ ਲੀਡਰ ਜਿਹੜੇ ਉਹ ਬਿਆਨ ਦਿੰਦੇ ਆ ਕਿ ਕੈਪਟਨ ਸਾਹਿਬ ਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ, ਜਾਂ ਫਿਰ ਉਹ ਪੈਗ ਕਿੰਨਾ ਪਾਉਂਦੇ ਨੇ, ਜਾਂ ਫਿਰ ਪਹਾੜਾਂ 'ਚ ਕਿੱਥੇ ਜਾਂਦੇ ਨੇ। ਸੋ ਇਸ ਕਰਕੇ ਵੀ ਹੋ ਸਕਦਾ, ਪਰ ਇਹਨੂੰ ਜ਼ਿਆਦਾ ਮੇਰੇ ਖਿਆਲ ਸੀਰੀਅਸ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ, ਕਿਉਂਕਿ ਇਹ ਤਾਂ ਬਹੁਤ ਛੋਟੀ ਗੱਲ ਹੈਗੀ। ਹੁਣ ਅਗਲੀ ਖਬਰ ਵੱਲ ਚੱਲਦੇ ਹਾਂ ਜਿਹੜੀ ਕਿ ਅੱਜ ਦਾ ਮੇਰਾ ਵਿਸ਼ਾ ਹੋਏਗੀ। ਖਬਰ ਕਾਫੀ ਗਰਮ ਹੈ, ਮੀਡੀਆ ਨੇ ਗਰਮ ਕੀਤੀ, ਅਸਲ 'ਚ ਅੱਜ ਦਾ ਵਿਸ਼ਾ ਹੀ ਮੀਡੀਆ, ਮੇਰਾ ਮੀਡੀਆ, ਸੋਸ਼ਲ ਮੀਡੀਆ ਨਹੀਂ, ਜਿਹੜਾ ਬਾਕੀ ਮੀਡੀਆ ਹੈਗਾ ਨਿਊਜ਼ ਵਾਲਾ, ਪ੍ਰਿੰਟ ਮੀਡੀਆ ਕਰ ਲਓ ਚਾਹੇ ਦੂਜਾ ਕਰ ਲਓ। ਇੱਕ ਲੀਡਰ, ਇੱਕ ਪੱਤਰਕਾਰ, 2 ਚੀਜ਼ਾਂ ਐਸੀਆਂ ਨੇ ਪੰਜਾਬ ਦੇ ਵਿੱਚ ਕਹਿ ਲਓ, ਚਾਹੇ ਭਾਰਤ ਦੇ ਵਿੱਚ ਕਹਿ ਲਓ, ਚਾਹੇ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ, 2 ਚੀਜ਼ਾਂ ਐਸੀਆਂ ਨੇ, ਨਾ ਤਾਂ ਉਹ
ਉਹਦੇ ਬਿਨਾਂ ਚੱਲ ਸਕਦਾ ਨਾ ਉਹ ਉਹਦੇ ਬਿਨਾਂ ਚੱਲ ਸਕਦਾ। ਫਿਰ ਸਭ ਤੋਂ ਪਹਿਲਾ ਕੰਮ ਲੀਡਰਾਂ ਨੇ ਜਿਹੜਾ ਹੁਣ ਕਰਨਾ ਸ਼ੁਰੂ ਕੀਤਾ ਕਿ ਉਹਨਾਂ ਨੇ ਨਾਲ ਇੱਕ ਆਪਣਾ ਮੀਡੀਆ ਖੜਾ ਕਰ ਦੇਣਾ, ਅਖਬਾਰ ਇੱਕ ਆਪਣੀ ਨਾਲ ਚਾਲੂ ਕਰ ਦੇਣੀ, ਆਪਣੇ ਬੰਦੇ ਦੀ ਕਰ ਦੇਣੀ, ਟੀਵੀ ਚੈਨਲ ਜਿਹੜਾ ਉਹ ਇੱਕ ਦਾ ਆਪਣਾ ਨਾਲ ਖੜਾ ਕਰ ਦੇਣਾ ਵੀ ਭਾਈ ਜਿਹੜੀ ਗੱਲ ਆ ਉਹਨਾਂ ਦੀ ਉਹਨਾਂ ਦੀ ਉਹ ਗੱਲ ਕਹਿਣੀ ਹੈ, ਦੂਜੀ ਗੱਲ ਕੋਈ ਕਹਿਣੀ ਨਹੀਂ। ਪੱਤਰਕਾਰ ਅਤੇ ਲੀਡਰ, ਲੀਡਰਾਂ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ, ਪੰਜਾਬ ਦੇ ਸਾਰੇ ਲੀਡਰਾਂ ਬਾਰੇ ਭਲੀ ਭਾਂਤ ਜਾਣਦੇ ਹੋ। ਜਿਹੜੇ ਕੋਈ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਉਹ ਕਈ ਵਾਰੀ ਲੋਕ ਲੰਮੜ ਮੁੱਟ ਕਰ ਜਾਂਦੇ ਆ, ਫੇਵਰ ਕਰ ਜਾਂਦੇ ਵੀ ਨਹੀਂ ਵੀ ਭਾਈ ਸਾਡੇ ਲੀਡਰ ਇੱਦਾਂ ਦੇ ਨਹੀਂ ਹੈਗੇ, ਪਰ ਲੀਡਰ ਕਿਹੜੇ ਕਿੱਦਾਂ ਦੇ ਨੇ ਆਪਾਂ ਨੂੰ ਸਾਰਾ ਪਤਾ ਹੁੰਦਾ ਹੈ। ਪੱਤਰਕਾਰੀ ਦੀ ਪਹਿਲਾਂ ਗੱਲ ਕਰੀਏ ਤਾਂ ਪੱਤਰਕਾਰੀ ਇੱਕ ਐਸਾ ਫੀਲਡ ਹੈ ਜਿਹੜਾ ਬਹੁਤ ਸੱਚਾ ਸੁੱਚਾ ਫੀਲਡ ਮੰਨਿਆ ਜਾਂਦਾ ਸੀ। ਪੱਤਰਕਾਰੀ, ਡਾਕਟਰੀ ਅਤੇ ਆਰਮੀ, ਤਿੰਨ ਫੀਲਡ ਐਸੇ ਜਿਹਨਾਂ ਦੇ ਵਿੱਚ ਮੰਨਿਆ ਜਾਂਦਾ ਸੀ ਵੀ ਕਰਪਸ਼ਨ ਹੈ ਨਹੀਂ। ਪਰ ਹੁਣ ਮੈਨੂੰ ਲੱਗਦਾ ਵੀ ਕੋਈ ਫੀਲਡ ਜਿਹੜਾ ਉਹ ਨਹੀਂ ਬਚਿਆ, ਆਰਮੀ ਹਜੇ ਥੋੜ੍ਹੀ ਥੋੜ੍ਹੀ ਬਚੀ ਹੈ, ਬਾਕੀ ਸਾਰੇ ਕਰਪਸ਼ਨ ਜਿਹੜੀ ਆ ਗਈ ਆ। ਅਦਾਲਤਾਂ ਦੇ ਵਿੱਚ ਕਰਪਸ਼ਨ ਨਹੀਂ ਸੀ, ਜੱਜਾਂ ਵਿੱਚ ਕਰਪਸ਼ਨ ਨਹੀਂ ਸੀ, ਉਹ ਵੀ ਹੁਣ ਸ਼ੁਰੂ ਹੋ ਗਈ। ਪੱਤਰਕਾਰੀ ਦੀ ਗੱਲ ਕਰੀਏ, ਪੱਤਰਕਾਰ ਮਤਲਬ ਪੱਤਰਕਾਰ ਜਿਹਨੇ ਦੁਨੀਆਂ ਦੀ ਖਬਰ ਤੁਹਾਡੇ ਕੋਲ ਪਹੁੰਚਾਉਣੀ ਹੈ, ਤੁਹਾਡੀ ਦੁਨੀਆਂ ਕੋਲ ਪਹੁੰਚਾਉਣੀ ਹੈ, ਇੱਦਾਂ ਦਾ ਕੰਮ ਕਰ ਹੁੰਦਾ। ਪਹਿਲੇ ਸਮੇਂ 'ਚ ਪੱਤਰਕਾਰੀ ਸਿਰਫ ਅਖਬਾਰਾਂ ਦੀ ਹੁੰਦੀ ਸੀ, ਅੱਜ ਕੱਲ੍ਹ ਪੱਤਰਕਾਰੀ ਬਹੁਤ ਜ਼ਿਆਦਾ ਅੱਗੇ ਵੱਧ ਗਈ ਹੈ। ਨਿਊਜ਼ ਚੈਨਲ ਹੋ ਗਏ ਨੇ, ਔਰ ਨਿਊਜ਼ ਚੈਨਲ ਕਿਹੜਾ ਕੀ ਦਿਖਾਉਂਦਾ ਇਹ ਆਪਾਂ ਨੂੰ ਸਾਰਾ ਪਤਾ ਨਹੀਂ, ਔਰ ਇਹ ਚੀਜ਼ ਨਿਊਜ਼ ਚੈਨਲ ਨੇ ਡਿਸਾਈਡ ਕਰਨਾ ਹੁੰਦਾ ਕਿਹੜੀ ਖਬਰ ਦਿਖਾਈਏ ਅਤੇ ਕਿਹੜੀ ਨਾ ਦਿਖਾਈਏ। ਪੁਰਾਣੀ ਗੱਲ ਹੈ, ਜਦੋਂ ਇਕੱਲੀਆਂ ਅਖਬਾਰਾਂ ਹੁੰਦੀਆਂ ਸੀਗੀਆਂ, ਕੋਈ ਪੱਤਰਕਾਰ ਦੇ ਘਰ ਗਏ, ਕੋਈ ਬੰਦੇ ਦੋਸਤ ਮਿੱਤਰ ਮਿਲਣ ਗਿਣ ਗਏ, ਪੱਤਰਕਾਰ ਦਾ ਟੌਰ ਤੁਹਾਨੂੰ ਪਤਾ ਹੀ ਹੈ ਫਿਰ ਚੰਗਾ ਹੁੰਦਾ। ਮੱਝ ਰੱਖੀ ਹੋਈ ਪੱਤਰਕਾਰ ਨੇ, ਮੱਝਾਂ ਇੱਕ ਦੋ ਰੱਖੀਆਂ ਹੋਈਆਂ, ਅਤੇ ਕਿਹਾ ਨੌਕਰ ਨੂੰ ਵੀ ਚਾਹ ਬਣਾ ਵੀ, ਉਹ ਦੁੱਧ ਧਾਰਾਂ ਚੋ ਰਿਹਾ ਸੀ, ਦਾਉਂ ਦੇਖੇ ਵੀ ਧਾਰਾਂ ਚੋ ਰਿਹਾ, ਦੁੱਧ ਚੋ ਰਿਹਾ, ਅਤੇ ਚਾਹ ਬਣਾ ਕੇ ਪਿਆਈ ਪੂਈ। ਅਤੇ ਬੰਦੇ ਨੇ ਪੁੱਛਿਆ ਵੀ ਪੱਤਰਕਾਰ ਸਾਹਿਬ, ਤੁਹਾਡਾ ਫਿਰ ਨਾਲ ਕੰਮ ਕਰ ਕੇ ਇੱਕ ਤੁਸੀਂ ਜੋਬ ਕਰਦੇ ਹੋ, ਮਾਸਟਰ ਲੱਗੇ ਹੋਏ ਹੋ? ਹਾਂਜੀ, ਉਹ ਕਹਿੰਦੇ। ਦੂਜਾ ਫਿਰ ਖੇਤੀਬਾੜੀ ਵੀ ਆਪਣੀ ਨਾਲ ਹੈਗੀ ਹੈ? ਉਹ ਕਹਿੰਦਾ ਵੀ ਨਹੀਂ। ਉਹ ਕਹਿੰਦੇ ਫਿਰ ਤੁਸੀਂ ਮੱਝਾਂ ਰੱਖੀਆਂ ਹੋਈਆਂ, ਮੱਝ ਜਿਹੜੀ ਰੱਖੀ, ਇੱਕ ਦੋ ਮੱਝਾਂ ਰੱਖੀਆਂ, ਅਤੇ ਇਹਨਾਂ ਨੂੰ ਜਿਹੜਾ ਚਾਰਾ ਚੂਰਾ ਫਿਰ ਮੁੱਲ ਲੈ ਕੇ ਪਾਉਂਦੇ ਹੋ? ਵੀ ਕਹਿੰਦਾ ਨਹੀਂ। ਅਤੇ ਕਹਿੰਦੇ ਫਿਰ ਦੁੱਧ ਕਿਵੇਂ ਦਿੰਦੀਆਂ, ਭੁੱਖੀਆਂ ਦੁੱਧ ਕਿਵੇਂ ਦੇ ਸਕਦੀਆਂ, ਤੁਸੀਂ ਚਾਰਾ ਮੁੱਲ ਵੀ ਨਹੀਂ ਲਿਆਉਂਦੇ, ਅਤੇ ਚਾਰਾ ਹੋਰ ਕੀ ਕਰਦੇ ਹੋ, ਚਾਰਾ ਪਾਉਣੇ ਕਿੱਥੋਂ ਇਹਨੂੰ, ਮਤਲਬ ਮੱਝਾਂ ਖਾਂਦੀਆਂ ਕਿਵੇਂ ਆ? ਉਹ ਕਹਿੰਦਾ ਜੀ ਕੋਈ ਚੱਕਰ ਨਹੀਂ, ਛੋਟੀ ਜਿਹੀ ਗੱਲ ਰੱਖੀ ਹੈ, ਸਵੇਰੇ ਮੱਝਾਂ ਨੂੰ ਛੱਡ ਦੇਈਦਾ, ਮੱਝਾਂ ਆਲੇ ਦੁਆਲੇ ਦੇ ਖੇਤ ਖੂਤ ਚੱਕ ਕੇ ਜਿਹੜੀਆਂ ਆ ਜਾਂਦੀਆਂ, ਸ਼ਾਮ ਨੂੰ ਘਰ ਆ ਜਾਂਦੀਆਂ, ਅਤੇ ਆ ਕੇ ਆਪਾਂ ਉਹਨਾਂ ਦਾ ਦੁੱਧ ਝੋਲੀਦਾ। ਅਤੇ ਉਹ ਬੰਦਾ ਕਹਿੰਦਾ ਜੀ ਵੀ ਜਿਹਨਾਂ ਦੇ ਖੇਤ ਚਰਦੀਆਂ ਨੇ, ਖੇਤ ਉਜਾੜਦੀਆਂ ਨੇ, ਉਹ ਲੋਕ ਕੁਛ ਨਹੀਂ ਕਹਿੰਦੇ? ਪੱਤਰਕਾਰ ਸਾਹਿਬ ਕਹਿੰਦੇ ਉਹ ਕਹਿ ਹੀ ਨਹੀਂ ਸਕਦੇ। ਕਹਿੰਦੇ ਵੀ ਕਿਉਂ ਨਹੀਂ ਕਹਿ ਸਕਦੇ, ਉਹਨਾਂ ਦਾ ਇੰਨਾ ਉਜਾੜਾ ਹੁੰਦਾ। ਉਹ ਕਹਿੰਦਾ ਇਸ ਕਰਕੇ ਨਹੀਂ ਕਹਿ ਸਕਦੇ, ਜਦੋਂ ਮੱਝ ਨੂੰ ਇਹ ਛੱਡੀਦਾ ਨਾ ਚਰਨ ਵਾਸਤੇ, ਅਤੇ ਉਦੋਂ ਇਹਦੇ ਗਲ ਦੇ ਵਿੱਚ ਪ੍ਰੈਸ ਦੀ ਤਖਤੀ ਲਟਕਾ ਦੇਦੀ ਆ। ਪੰਜਾਬ ਦੇ ਵਿੱਚ ਜਿਹਦੀ ਗੱਡੀ 'ਤੇ ਪ੍ਰੈਸ ਲਿਖਿਆ, ਜਿਹਦੇ ਸਕੂਟਰ 'ਤੇ ਪ੍ਰੈਸ ਲੱਗਿਆ, ਉਹਦੀ ਟੌਰ ਵੱਖਰੀ ਹੁੰਦੀ ਸੀ। ਚਲੋ ਮੈਂ ਵੀ ਪੱਤਰਕਾਰੀ ਵੈਸੇ ਕੀਤੀ ਹੈ ਥੋੜ੍ਹੀ ਜਿਹੀ, ਮੈਂ ਨਿਊਜ਼ ਦੀ ਅਖਬਾਰ ਵਾਸਤੇ ਮੈਂ ਵੀ ਲਿਖਦਾ ਰਿਹਾ, ਪਰ ਮੈਨੂੰ ਕਦੇ ਇੱਦਾਂ ਨਹੀਂ ਲੱਗਿਆ। ਹੁਣ ਅਸੀਂ ਟੀ ਵੀ 'ਤੇ ਕੰਮ ਕਰਦੇ, ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਬਲੈਕਮੇਲ ਕਰਦੇ ਨੇ ਜੀ, ਆਹ ਟੀ ਵੀ 'ਤੇ ਕੰਮ ਕਰਦੇ, ਐਂ ਕਰ ਦਾਂਗੇ ਅਸੀਂ ਤੇਰੇ ਬਾਰੇ, ਐਂ ਬੋਲ ਦਾਂਗੇ। ਰੇਡੀਓ 'ਤੇ ਕੋਈ ਕੰਮ ਕਰਦਾ, ਭਾਵੇਂ ਦੋ 100 ਮੀਲ ਦੇ ਏਰੀਏ 'ਚ ਰੇਡੀਓ 'ਤੇ ਕੰਮ ਕਰਦਾ, ਉਹ ਲੋਕ ਬੜਾ ਕਹਿੰਦੇ ਨੇ ਵੀ ਯਾਰ ਇਹਦਾ ਕੀ ਪਤਾ ਕੀ ਬੋਲਦੇ। ਹਾਲਾਂਕਿ ਮੈਂ ਇਹ ਸੋਚਿਆ ਨਹੀਂ। ਹੁਣ ਲੀਡਰ ਅਤੇ ਪੱਤਰਕਾਰ ਦੋਨੋਂ ਸੱਚੇ ਵੀ ਹੋ ਸਕਦੇ ਆ, ਦੋਨੋਂ ਝੂਠੇ ਵੀ ਹੋ ਸਕਦੇ ਆ। ਇੱਕ ਹੋਰ ਪੱਤਰਕਾਰ ਸਾਡੇ ਉੱਥੇ ਸੀਗਾ, ਮਿੱਤਰ ਸਾਡਾ ਸੀਗਾ, ਉਹ ਤਾਂ ਚੰਗਾ ਸੀਗਾ ਨਹੀਂ, ਉਹ ਵੀ ਇੱਦਾਂ ਸਕੀਮੀ ਸੀ, ਸਕੀਮੀ ਹੁੰਦੇ ਬੰਦੇ, ਮਾੜਾ ਮੋਟਾ ਬੰਦਾ ਪੱਤਰਕਾਰੀ ਨਹੀਂ ਕਰ ਸਕਦਾ। ਹਾਲਾਂਕਿ ਸਹੀ ਵੀ ਹੁੰਦੇ, ਸਹੀ ਪੱਤਰਕਾਰੀ ਦੇਣ ਵਾਲੇ ਵੀ ਹੁੰਦੇ ਹੈਗੇ, ਪਰ ਬਹੁਤ ਘੱਟ ਹੁੰਦੇ ਆ। ਹਰ ਪੱਤਰਕਾਰ ਨੇ ਉਹੀ ਖਬਰ ਦੇਣੀ ਹੈ ਜਿਹਦੇ ਵਿੱਚ ਉਹਨਾਂ ਦਾ ਕੋਈ ਨਾ ਕੋਈ ਫਾਇਦਾ ਹੁੰਦਾ ਹੋਵੇ। ਚਲੋ ਕਈ ਵਾਰ ਅਗਲਾ ਬੰਦਾ ਵੀ ਗਲਤ ਹੋ ਸਕਦਾ। ਮੈਂ ਗੱਲ ਕਰ ਰਿਹਾ ਸੀ ਸਾਡੇ ਇੱਕ ਮਿੱਤਰ ਦੀ, ਉਹ ਕੀ ਕਰਦੇ ਸੀਗੇ, ਉਹਨਾਂ ਨੇ ਕਿਸੇ ਬੰਦੇ ਕੋਲ, ਕਿਸੇ ਅਫਸਰ ਕੋਲ, ਕਿਸੇ ਮਹਿਕਮੇ ਕੋਲ ਜਾਣਾ, ਸੈਂਪਥੀ ਜਿਤਾਉਣੀ ਉਹਨਾਂ, ਭਾਅ ਜੀ ਬਹੁਤ ਮਾੜੀ ਗੱਲ ਹੋਈ, ਕੋਈ ਉਹਦਾ ਲੂਪਹੋਲ ਉਹਦੇ ਹੱਥ ਆ ਗਿਆ, ਕੋਈ ਹੋਰ ਖਬਰ ਆ ਗਈ, ਅਤੇ ਜਾ ਕੇ ਉਹਨੂੰ ਕਹਿਣਾ ਵੀ ਭਾਅ ਜੀ ਬਹੁਤ ਮਾੜੀ ਗੱਲ ਹੋਈ, ਅਤੇ ਮੇਰੇ ਕੋਲ ਨਾ ਇੱਕ ਸਟੋਰੀ ਆਈ ਹੈ ਤੁਹਾਡੇ ਖਿਲਾਫ, ਭਾਅ ਜੀ ਮੇਰਾ ਦਿਲ ਨਹੀਂ ਮੰਨਦਾ ਵੀ ਮੈਂ ਉਹਨੂੰ ਛਾਪਾਂ, ਤੁਸੀਂ ਇੰਨੇ ਚੰਗੇ ਬੰਦੇ ਹੋ। ਇੰਨਾ ਕਹਿਣ ਦੀ ਦੇਰ ਆ, ਫਿਰ ਉਹ ਤੋਂ ਬਾਅਦ ਸੌਦੇਬਾਜ਼ੀ ਹੁੰਦੀ ਸੀ ਵੀ ਭਾਈ 15,000 ਮੈਂ ਦੇ ਦੂੰਗਾ ਅਤੇ ਤੂੰ ਇਹ ਸਟੋਰੀ ਦੱਬ ਦੇ। ਐਂ ਸਟੋਰੀਆਂ ਜਿਹੜੀਆਂ ਦੱਬੀਆਂ ਜਾਂਦੀਆਂ ਸੀਗੀਆਂ। ਗੱਲ ਕਰਦੇ ਸੀ ਲੀਡਰਾਂ ਦੀ ਅਤੇ ਪੱਤਰਕਾਰਾਂ ਦੀ। ਹੁਣ ਮਸਲਾ ਇਹ ਆ ਗਿਆ ਕਿ ਭਗਵੰਤ ਮਾਨ ਦੀ ਅੱਜ ਖਬਰ ਇੱਕ ਆਈ ਹੈ
ਬੜੇ ਜ਼ੋਰਾਂ ਸ਼ੋਰਾਂ ਨਾਲ ਸੋਸ਼ਲ ਮੀਡੀਆ 'ਤੇ ਔਰ ਟੋਟਲ ਮੀਡੀਆ ਨੇ ਇਕਜੁੱਟ ਹੋ ਕੇ ਕਿਹਾ ਕਿ ਭਗਵੰਤ ਮਾਨ ਗਲਤ ਬੋਲਿਆ। ਮੀਡੀਆ ਤੋਂ ਪਹਿਲਾਂ ਭਗਵੰਤ ਮਾਨ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ। ਲੀਡਰੀ 'ਚ ਆਏ ਨੇ, ਆਪਣੇ ਆਪ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਵੀ ਪੰਜਾਬ ਦਾ ਉਹਨੂੰ ਡਿਕਲੇਅਰ ਕਰਨਗੇ ਆਉਣ ਵਾਲੇ ਸਮੇਂ 'ਚ, ਬਣਦੇ ਨਹੀਂ ਬਣਦੇ ਬਾਅਦ ਦੀ ਗੱਲ ਹੈ। ਮੇਰੇ ਬਹੁਤ ਵਧੀਆ ਮਿੱਤਰ ਨੇ, ਮੈਂ ਜੋ ਕੁਛ ਹੈਗਾ ਉਹਨਾਂ ਕਰਕੇ ਹੈਗਾ, ਜੋ ਕੁਛ ਸਿੱਖਿਆ ਮਾੜੀ ਮੋਟੀ ਜੋ ਗੱਲਬਾਤ ਕਰਨੀ ਉਹ ਵੀ ਉਹਨਾਂ ਕਰਕੇ ਹੈਗੀ। ਬੜਾ ਰੋਜ਼ ਮੇਰੀ ਗੱਲ ਹੁੰਦੀ, ਰਾਤੀ ਵੀ ਹੋਈ, ਅੱਜ ਮੈਂ ਹੁਣ ਕੋਸ਼ਿਸ਼ ਕੀਤੀ ਸੀ ਫੋਨ 'ਤੇ ਲਈਏ ਅਤੇ ਅੱਜ ਫਿਰ ਉਹ ਬਿਜ਼ੀ ਸੀਗੇ ਅਤੇ ਅੱਜ ਗੱਲਬਾਤ ਨਹੀਂ ਹੋ ਸਕੀ, ਅਤੇ ਨਹੀਂ ਤਾਂ ਮੈਂ ਫੋਨ 'ਤੇ ਲੈਣ ਦਾ ਇਰਾਦਾ ਸੀਗਾ। ਤਾਂ ਉੱਦਾਂ ਮੇਰੀ ਗੱਲ ਤਕਰੀਬਨ ਗਾਹੇ ਵਗਾਹੇ ਦੂਏ ਤੀਏ ਹੋ ਜਾਂਦੀ, ਵਾਹਵਾ ਲੰਬੀ ਗੱਲ ਹੋ ਜਾਂਦੀ ਆ। ਉਹਨਾਂ ਦੀ ਗੱਲ ਕਰੀਏ ਜੀ, ਰਾਜਨੀਤੀ ਵਿੱਚ ਆਏ ਨੇ ਨਵੇਂ ਨਵੇਂ, ਹੁਣ ਤਾਂ ਪੁਰਾਣੇ ਹੋ ਗਏ, ਦੂਜੀ ਟਰਮ ਸ਼ੁਰੂ ਹੋ ਗਈ, ਪਰ ਫਿਰ ਵੀ ਰਾਜਨੀਤੀ ਜਿਹੜੀ ਆ, ਜਿਸ ਹਿਸਾਬ ਨਾਲ ਉਹ ਬੋਲਦੇ ਨੇ ਪੱਤਰਕਾਰਾਂ ਨੂੰ ਕਿ ਤੂੰ ਕੌਣ ਹੁੰਦਾ, ਤੂੰ ਸਵਾਲ ਪੁੱਛੇਗਾ ਉਹਨੂੰ ਸਾਰੇ ਸਵਾਲ, ਉਹ ਮੇਰੇ ਖਿਆਲ ਉਹ ਰਾਜਨੀਤੀ ਦਾ ਹਿੱਸਾ ਨਹੀਂ ਹੈ। ਰਾਜਨੀਤੀ ਦਾ ਹਿੱਸਾ ਉਹ ਨਹੀਂ ਹੈ, ਰਾਜਨੀਤੀ ਦਾ ਹਿੱਸਾ ਤਾਂ ਇਹ ਹੈ ਕਿ ਪੱਤਰਕਾਰ ਕਵੇ ਵੀ ਤੁਸੀਂ ਆਹ ਕੀਤਾ ਜੀ, ਅਤੇ ਬਸ ਸੋਚ ਕੇ, ਪਤਾ ਨਹੀਂ, ਮੈਂ ਪਤਾ ਕਰਕੇ ਦੱਸ ਦੂੰਗਾ। ਰਾਜਨੀਤੀ ਦਾ ਹਿੱਸਾ ਤਾਂ ਇਹ ਹੈ ਜੇ ਕੋਈ ਪੱਤਰਕਾਰ ਤੁਹਾਨੂੰ ਪੁੱਛਦਾ ਫਲਾਨਾ ਜੀ ਤੁਹਾਡਾ ਮੁੰਡਾ, ਤੇ ਅੱਗਿਓਂ ਇਹ ਕਹਿਣਾ ਵੀ ਉਹ ਕਾਕਾ ਪਤਾ ਨਹੀਂ ਮੈਂ ਪਤਾ ਕਰਕੇ ਦੱਸ ਦੂੰਗਾ। ਰਾਜਨੀਤੀ ਦਾ ਹਿੱਸਾ ਤਾਂ ਇਹ ਹੈ ਕੋਈ ਤੁਹਾਨੂੰ ਜਿੰਨਾ ਮਰਜ਼ੀ ਉਕਸਾਈ ਜਾਵੇ, ਕਿਉਂਕਿ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਕੰਮ, ਸਭ ਤੋਂ ਵੱਡਾ ਨੁਕਸਾਨ ਇਹੀ ਹੋਣਾ ਭਗਵੰਤ ਮਾਨ ਨੂੰ। ਜ਼ਰੂਰੀ ਨਹੀਂ ਪੱਤਰਕਾਰ ਦਾ ਸਵਾਲ ਸਹੀ ਹੋਵੇ, ਜ਼ਰੂਰੀ ਨਹੀਂ ਕਿ ਪੱਤਰਕਾਰ ਦਾ ਸਵਾਲ ਗਲਤ ਹੋਵੇ, ਪੱਤਰਕਾਰ ਦਾ ਸਵਾਲ ਸਹੀ ਵੀ ਹੋਵੇ ਉਹਨੂੰ ਦੂਜੀ ਪਾਰਟੀ ਵਾਲਾ ਜਾਂ ਕੋਈ ਇਸ ਹਿਸਾਬ ਨਾਲ ਸਵਾਲ ਪੁੱਛਣ ਲਈ ਪ੍ਰੇਰੇਗਾ, ਜਾਂ ਹੋ ਸਕਦਾ ਉਹਨੂੰ ਕੋਈ ਲਾਲਚ ਲੂਚ ਵੀ ਦੇ ਦੇਵੇ ਜਿਵੇਂ ਸਰਕਾਰਾਂ ਦਿੰਦੀਆਂ ਨੇ, ਤਾਂ ਉਹਨਾਂ ਨੇ ਇਕਸਾਉਣਾ। ਉਹਦੀ ਕੋਸ਼ਿਸ਼ ਤਾਂ ਇਹ ਹੋਣੀ ਵੀ ਮੇਰੇ 'ਤੇ ਹੱਥ ਚੱਕੇ। ਸੋ ਮੁੱਕਦੀ ਗੱਲ ਇਹ ਆ ਗਈ ਦੋਹਾਂ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਹੈ, ਪੱਤਰਕਾਰੀ ਅਤੇ ਲੀਡਰਾਂ ਦੀ ਗੱਲ। ਇਹਦੇ 'ਚ ਅਸੀਂ ਕਿਸੇ ਇੱਕ ਪੱਤਰਕਾਰ ਦੀ ਗੱਲ ਨਹੀਂ ਕਰਾਂਗੇ, ਜਿਹੜੇ ਪੱਤਰਕਾਰ ਹੁਣ ਆਏ ਨੇ ਸਾਹਮਣੇ ਉਹ ਵੀ ਸਾਡੇ ਕੋਲ ਪਹਿਲੇ ਜਸ ਪੰਜਾਬੀ 'ਤੇ ਕੰਮ ਕਰਦਾ ਸੀਗਾ ਮੁੰਡਾ, ਉਹਨੇ ਇਹ ਇਲਜ਼ਾਮ ਲਾਏ ਨੇ। ਇਲਜ਼ਾਮ ਲਾਏ 'ਚ ਸੱਚੇ ਨੇ ਕਿ ਉਹਨੇ ਉਹਨੂੰ ਧੱਕਾ ਵੀ ਮਾਰਿਆ। ਇਹਦੇ 'ਚ ਇਹ ਹੈ ਸਿੱਧਾ ਸਿੱਧਾ ਸਵਾਲ ਵੀ ਕੀ ਭਗਵੰਤ ਮਾਨ ਵੀ ਗਲਤ ਹੈਗਾ ਅਤੇ ਉਹਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ। ਕੀ ਪੱਤਰਕਾਰੀ ਜਿਹੜੀ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਇਹੋ ਜਿਹੀ ਹੈਗੀ ਹੈ ਵੀ ਉਹ ਜਦੋਂ ਇਹ ਗੱਲ, ਕੋਈ ਸ਼ੱਕ ਨਹੀਂ, ਕੋਈ ਵੱਡੀ ਗੱਲ ਨਹੀਂ, ਕਿਹੜੇ ਬੰਦੇ ਨੂੰ ਗਲਤ ਸਿੱਧ ਕਰਨਾ ਅਤੇ ਕਿਹੜੇ ਨੂੰ ਸਹੀ ਸਿੱਧ ਕਰਨਾ, ਇਹ ਪੱਤਰਕਾਰੀ, ਇਹ ਮੀਡੀਆ ਆਰਾਮ ਨਾਲ ਕਰ ਸਕਦਾ, ਬਹੁਤ ਆਰਾਮ ਨਾਲ ਕਰ ਸਕਦਾ। ਵੀ ਜਾਂ ਫਿਰ ਇਹਦੇ ਪਿੱਛੇ ਇਹ ਹੈਗਾ ਕਿ ਭਗਵੰਤ ਨੂੰ ਉਕਸਾਇਆ ਗਿਆ ਵੀ ਚੱਲ ਤੂੰ ਇਹੋ ਜਿਹਾ ਸਵਾਲ ਕਰੀ ਤਾਂ ਤੂੰ ਉਹ ਤੇਰੇ ਹੱਥ ਲਾਊਗਾ ਅਤੇ ਉਹਦਾ ਫਿਰ ਇੱਕ ਵੱਡਾ ਮੁੱਦਾ ਬਣ ਜੂਗਾ। ਪਰ ਮੈਨੂੰ ਇਹ ਲੱਗਦਾ, ਮੇਰਾ ਖਿਆਲ ਇਹ ਹੈ ਕਿ ਭਗਵੰਤ ਇਹ ਰਾਜਨੀਤੀ ਜਿਹੜੀ ਹੈ, ਰਾਜਨੀਤੀ ਦੇ ਵਿੱਚ ਟਰੰਮਾ ਸਭ ਤੋਂ ਵੱਡੀ ਗੱਲ ਹੈ। ਟਰੰਮਾ ਸਭ ਤੋਂ ਪਹਿਲਾ ਹੀ ਜਿਹੜਾ ਸਬਕ ਹੈਗਾ ਉਹ ਟਰੰਮਾ ਹੈਗਾ। ਅਗਰ ਤੁਹਾਡੇ 'ਚ ਟਰੰਮਾ ਨਹੀਂ ਹੈ, ਠਹਿਰਾਓ ਨਹੀਂ ਹੈ, ਤਾਂ ਤੁਸੀਂ ਰਾਜਨੀਤੀ ਵਿੱਚ ਕੀ ਕਿਸੇ ਕੰਮ ਦੇ ਵਿੱਚ ਵੀ ਕਾਮਯਾਬ ਨਹੀਂ ਹੋ ਸਕਦੇ। ਰਾਜਨੀਤੀ ਬਹੁਤ ਵੱਡੀ ਚੀਜ਼ ਹੈ, ਨੰਬਰ ਇੱਕ। ਨੰਬਰ ਦੋ, ਪੱਤਰਕਾਰੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੀ ਵੀਡੀਓ ਪਾਈ ਹੋਈ ਆ ਉੱਥੇ ਯੂਟਿਊਬ 'ਤੇ ਪਾਈ ਹੈ, ਅਤੇ ਉਹਦੇ 'ਤੇ ਕੋਈ ਤਕਰੀਬਨ 700-800 ਕਮੈਂਟ ਉੱਤੇ ਹੋਇਆ ਹੋਇਆ ਵੀਡੀਓ 'ਤੇ, ਜਿਹੜੀ ਪੱਤਰਕਾਰਾਂ ਵੱਲੋਂ ਪਾਈ ਗਈ ਭਗਵੰਤ ਨੇ ਗਲਤ ਕੀਤਾ ਗਲਤ ਕੀਤਾ। ਪਰ ਉਸ ਵੀਡੀਓ ਦੇ ਵਿੱਚ 90% ਕਮੈਂਟ ਜਿਹੜੇ ਇਹੀ ਨੇ, ਉਹਨਾਂ ਨੇ ਪੱਤਰਕਾਰੀ ਤਬਕਾ ਜਿਹੜਾ ਉਹਨਾਂ ਨੂੰ ਗਲਤ ਠਹਿਰਾਇਆ, ਉਹਨਾਂ ਨੇ ਉਸ 'ਚ ਭਗਵੰਤ ਮਾਨ ਨੂੰ ਸਹੀ ਠਹਿਰਾਇਆ ਵੀ ਤੁਸੀਂ ਉਹਨੂੰ ਉਕਸਾਉਣੇ ਉਹ ਤੋਂ ਬੰਦਾ ਇੱਦਾਂ ਕਰੇਗਾ ਹੀ। ਰਹੀ ਗੱਲ ਪੀਣ ਦੀ, ਵੀ ਦਾਰੂ ਪੀਤੀ ਸੀਗੀ ਮੇਰੇ ਹੀ ਉਹਨਾਂ ਨਾਲ, ਰੋਜ਼ ਦੋ ਗੱਲ ਹੁੰਦੀ ਤਕਰੀਬਨ, ਰਾਤ ਨੂੰ ਵੀ ਹੁੰਦੀ ਵਾਹਵਾ, ਹਨੇਰੇ ਹੋਏ ਵੀ ਅਤੇ ਤੜਕੇ ਵੀ ਹੁੰਦੀ ਹੈ, ਅਤੇ ਮੈਨੂੰ ਨਹੀਂ ਕੋਈ ਇਹੋ ਜਿਹਾ ਲੱਗਿਆ ਵੀ ਉਹ ਅੱਜ ਕੱਲ੍ਹ ਪੀਂਦੇ ਹੋਣਗੇ। ਬਾਕੀ ਪੀਣਾ ਨਾ ਪੀਣਾ ਹਰ ਬੰਦੇ ਦਾ ਨਿੱਜੀ ਕੰਮ ਹੈ। ਸੋ ਪੱਤਰਕਾਰੀ ਦੀ ਵਾਸ਼ਨਾ ਆਉਂਦੀ ਸੀ ਵੀ ਫਿਰ ਜਾਂ ਤਾਂ ਭਾਈ ਉਹਨੂੰ ਚਿੰਗਮ ਦੇ ਦਿਆ ਕਰਨ, ਪਹਿਲਾਂ ਵੀ ਭਾਜੀ ਖਾਓ, ਅਸੀਂ ਤੁਹਾਡੇ ਨਾਲ ਗੱਲ ਕਰਨੀ ਆ, ਅਤੇ ਉਹ ਸੰਸਦ ਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ, ਕਿਸੇ ਨੇ ਕਿਹਾ ਸੀ ਵੀ ਭਗਵੰਤ ਮਾਨ ਤੋਂ ਵਾਸ਼ਨਾ ਆਉਂਦੀ, ਤਾਂ ਕਹਿੰਦਾ ਸੀ ਮੈਂ ਭਾਸ਼ਣ ਦੇਣ ਤੋਂ ਪਹਿਲਾਂ ਬੀਜੇਪੀ ਦੇ ਲੀਡਰ ਮੈਨੂੰ ਸੁੰਘੋ ਸੁੰਘੋ ਜੀ ਸੁੰਘੋ। ਬੜਾ ਹਾਸਾ ਵੀ ਪਿਆ ਸੀ ਅਤੇ ਬੜਾ ਵਿਅੰਗ ਵੀ ਹੋਇਆ ਸੀਗਾ। ਸੋ ਮੁੱਕਦੀ ਗੱਲ ਜੀ, ਪੱਤਰਕਾਰ ਵਰਸਿਸ ਲੀਡਰ, ਲੀਡਰ ਜਿਹੜੇ ਨੇ ਉਹ ਨੈਸ਼ਨਲ ਵੀ ਹੋ ਸਕਦੇ ਨੇ, ਬੀਜੇਪੀ ਸਰਕਾਰ ਹੋ ਸਕਦੀ ਆ, ਕਾਂਗਰਸ ਲੀਡਰ ਹੋ ਸਕਦੇ ਨੇ, ਸੈਂਟਰੀ ਸਰਕਾਰ ਹੋ ਸਕਦੀ ਆ, ਕਾਂਗਰਸ ਸਰਕਾਰ ਹੋ ਸਕਦੀ ਹੈ, ਵਿਰੋਧੀ ਧਿਰ ਹੋ ਸਕਦੀ ਹੈ, ਚਾਹੇ ਉਹ ਆਪ ਹੈ ਚਾਹੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ। ਲੀਡਰ ਵਰਸਿਸ ਪੱਤਰਕਾਰਾਂ ਬਾਰੇ ਤੁਹਾਡੇ ਕੀ ਵਿਚਾਰ ਨੇ, ਇਹ ਮੇਰਾ ਅੱਜ ਦਾ ਵਿਸ਼ਾ ਰਹੇਗਾ।
ਬ੍ਰੇਕ ਤੋਂ ਬਾਅਦ ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਅਤੇ ਜੇ ਭਗਵੰਤ ਮਾਨ ਅਤੇ ਪੱਤਰਕਾਰਾਂ ਦੀ ਇਸ ਸਪੈਸ਼ਲ ਇਸ ਨਿਊਜ਼ 'ਤੇ ਵੀ ਗੱਲ ਕਰਨੀ ਚਾਹੋ ਤਾਂ ਉਹ ਵੀ ਆਪਾਂ ਕਰ ਸਕਦੇ, ਕੋਈ ਆਪਾਂ ਘਰ ਦੇ ਵਿੱਚ ਬੈਠੇ ਹਾਂ। ਉਸ ਤੋਂ ਬਾਅਦ ਸੱਚੀ ਗੱਲ ਦੱਸਾਂ, ਮੇਰੀ ਭਗਵੰਤ ਮਾਨ ਉਹਨਾਂ ਨਾਲ ਗੱਲ ਨਹੀਂ ਹੋਈ, ਅਸਲ ਕਹਾਣੀ ਹੋਈ ਕੀ? ਅਸਲ ਕਹਾਣੀ ਕੀ ਉਹਨੇ ਕਹਾਣੀ, ਕਹਾਣੀ ਤਾਂ ਸਾਹਮਣੇ, ਵੀਡੀਓ ਪਈ ਸਾਹਮਣੇ, ਦੋ ਤੋਂ ਬਾਅਦ ਕਹਾਣੀ ਕਿਹੜੀ ਰਹਿ ਜਾਂਦੀ ਹੈ? ਸੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਇਹ ਗੱਲਾਂ ਬਾਤਾਂ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਗੱਲਬਾਤ ਚੱਲਦੀ ਹੈ ਪੱਤਰਕਾਰੀ ਵਰਸਿਸ ਲੀਡਰ। ਵੈਸੇ ਤਾਂ ਕਹਿੰਦੇ ਇਹਨਾਂ ਦਾ ਗੂੜਾ ਰਿਸ਼ਤਾ ਹੁੰਦਾ, ਪਰ ਪੰਗਾ ਉੱਥੇ ਪੈਂਦਾ ਜਦੋਂ ਹਰ ਪਾਰਟੀ ਨੇ ਆਪੋ ਆਪਣੇ ਪੱਤਰਕਾਰ ਰੱਖੇ ਹੁੰਦੇ ਆ। ਅਤੇ ਕਈ ਵਾਰੀ ਪੱਤਰਕਾਰ ਨੇ ਜਿਹੜੀ ਖਬਰ ਲਾਉਣੀ ਆ, ਕੋਈ ਲੀਡਰ ਗਿਆ ਭਾਸ਼ਣ ਭੂਸ਼ਣ ਦੇਣ, ਅਤੇ ਉਹਦੀ ਖਬਰ ਲਾਉਣੀ ਹੁੰਦੀ ਆ ਵੀ ਇਹ ਬਹੁਤ ਵਧੀਆ ਭਾਸ਼ਣ ਦਿੱਤਾ ਅਤੇ ਉਹਨੇ ਆਹ ਕੀਤਾ ਆਹ ਕੀਤਾ ਆਹ ਕੀਤਾ। ਰਟਿਆ ਰਟਾਇਆ ਭਾਸ਼ਣ ਹੁੰਦਾ ਅਤੇ ਰਟੇ ਰਟਾਈ ਗਾਂ ਖਬਰ ਹੁੰਦੀ ਕਈ ਵਾਰੀ, ਪਰ ਹੁੰਦਾ ਕੀ ਹੈ? ਅਤੇ ਫਿਰ ਕਈ ਵਾਰੀ ਪੱਤਰਕਾਰ ਨੂੰ ਕੰਮ ਪੈ ਜਾਂਦਾ, ਕੋਈ ਉਹ ਕਹਿੰਦਾ ਮੋਈ ਬੱਚਾ ਬਿਮਾਰ ਠਮਾਰਾ, ਚਲ ਉਹ ਪੋਸਟਰ ਜਿਹਾ ਲਿਆ ਵੀ ਜਿੱਥੇ ਕੀ ਹੈਗਾ, ਕਿਹੜੇ ਕਿਹੜੇ ਉੱਥੇ ਆ ਰਹੇ ਨੇ। ਅਤੇ ਉਹ ਕਈ ਵਾਰੀ, ਇੱਕ ਵਾਰੀ ਇਹ ਹੋਇਆ ਕਿ ਪੱਤਰਕਾਰ ਵੀ ਉਸ ਫੰਕਸ਼ਨ 'ਤੇ ਨਹੀਂ ਗਿਆ ਅਤੇ ਲੀਡਰ ਵੀ ਗਲਤੀ ਨਾਲ ਨਹੀਂ ਜਾ ਸਕਿਆ, ਉਹਨੂੰ ਕੋਈ ਅਚਾਨਕ ਕੰਮ ਪੈ ਗਿਆ ਦਿੱਲੀ ਦਾ, ਉਹਨੂੰ ਕੋਈ ਫੋਨ ਆ ਗਿਆ, ਦਿੱਲੀ ਜਾਣਾ ਪੈ ਗਿਆ, ਲੀਡਰ ਵੀ ਨਹੀਂ ਜਾ ਪਾਇਆ, ਪ੍ਰੋਗਰਾਮ ਉਹ ਕੈਂਸਲ ਹੋ ਗਿਆ। ਅਤੇ ਅਗਲੇ ਦਿਨ ਅਖਬਾਰ ਦੇ ਵਿੱਚ ਖਬਰ ਜ਼ਰੂਰ ਲੱਗ ਗਈ ਸੀ, ਫਲਾਨੇ ਲੀਡਰ ਨੇ ਬੱਲੇ ਬੱਲੇ ਕਰਾਈ, ਧੰਨ ਧੰਨ ਕਰਾਈ, ਜਿਵੇਂ ਕਲਾਕਾਰ ਕਰਾਉਂਦੇ ਨੇ। ਸੋ ਕੀ ਵਿਚਾਰ ਨੇ ਜੀ ਪੱਤਰਕਾਰੀ ਲੀਡਰਾਂ ਬਾਰੇ ਅੱਜ ਦੀ ਗੱਲਬਾਤ ਕਰਾਂਗੇ, ਜਿਵੇਂ ਵੀ ਤੁਹਾਡੇ ਵਿਚਾਰ ਨੇ ਜ਼ਰੂਰ ਪੇਸ਼ ਕਰੋ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ? ਮੈਂ ਇੰਦਰਜੀਤ ਸਿੰਘ ਥਿੰਦ ਬੋਲ ਰਿਹਾ ਜੀ, ਸੈਨ ਹੋਜ਼ੇ ਤੋਂ। ਸਰ ਕੀ ਵਿਚਾਰ ਨੇ ਜੀ, ਕੀ ਵਿਚਾਰ ਨੇ ਸਾਰੇ ਕਾਸੇ ਤੇ? ਵਿਚਾਰ ਇਹ ਹੈ ਜੀ ਕਿ ਦੇਖੋ, ਪੱਤਰਕਾਰਾਂ ਤੋਂ ਬਿਨਾਂ ਪੋਲੀਟੀਸ਼ੀਅਨਾਂ ਦਾ ਗੁਜ਼ਾਰਾ ਨਹੀਂ, ਤੇ ਪੋਲੀਟੀਸ਼ੀਅਨਾਂ ਦਾ ਪੱਤਰਕਾਰ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਪੱਪਾ ਤੀਜਾ ਆਉਂਦਾ ਪੱਖਪਾਤ, ਪੱਖਪਾਤ ਫਿਰ ਕਿੰਨਾ ਕੁ ਕਰਦੇ ਨੇ ਪੱਤਰਕਾਰ, ਕਰਦੇ ਨੇ ਕਿ ਨਹੀਂ ਕਰਦੇ ਨੇ? ਸਾਰਾ ਹੀ ਕਰਦੇ ਆ ਜੀ। ਅੱਛਾ, ਹਰ ਪਾਰਟੀ ਦੇ ਆਪਣੇ ਆਪਣੇ ਪੱਤਰਕਾਰ ਰੱਖੇ ਹੋਆ, ਉਹ ਹਰ ਪਾਰਟੀ ਦਾ ਪੱਖਪਾਤ ਕਰਦੇ ਨੇ ਜੀ। ਭਗਵੰਤ ਵਾਲੇ ਕੇਸ 'ਚ ਚਾਹੀਦਾ ਸੀ ਭਗਵੰਤ ਨੂੰ ਵੀ ਠਰਮਾ ਰੱਖਣਾ ਕਿ ਨਹੀਂ ਰੱਖਣਾ ਚਾਹੀਦਾ? ਨਹੀਂ, ਕਈ ਵਾਰੀ ਜਿਹੜੇ ਪੱਤਰਕਾਰ ਆ ਉਹ ਬੰਦੇ ਨੂੰ ਇਰੀਟੇਟ ਨਾ ਕਰਦੇ, ਠਰਮਾ ਰੱਖਣ ਦਾ ਬੜਾ ਮੁਸ਼ਕਲ ਹੋ ਜਾਂਦਾ। ਪਰ ਦੇਖੋ ਜੀ, ਇੱਕ ਸਿਆਸਤਦਾਨ ਹੈ ਐਸਾ ਜਿਹਨੂੰ ਪੱਤਰਕਾਰ ਨੇ, ਪਹਿਲੀ ਗੱਲ ਤਾਂ ਉਹਨੂੰ ਇਰੀਟੇਟ ਕੀਤਾ ਨਹੀਂ ਹੋਣਾ ਕਿਸੇ ਨੇ, ਪਰ ਜੇ ਕੀਤਾ ਵੀ ਆ ਤੇ ਉਹ ਕਦੇ ਉਹਨੇ ਠਰਮਾ ਨਹੀਂ ਆਪਦਾ ਛੱਡਿਆ। ਬਾਦਲ ਸਾਹਿਬ ਦੀ ਗੱਲ ਕਰਦਾ, ਵੱਡੇ ਬਾਦਲ ਸਾਹਿਬ ਦੀ, ਨਹੀਂ ਠਰਮਾ ਉਹਨਾਂ ਨੇ ਵੀ ਛੱਡਿਆ, ਤੁਹਾਨੂੰ ਯਾਦ ਨਹੀਂ ਹੋਣਾ। ਅੱਛਾ ਜੀ, ਹਾਂਜੀ, ਮੈਂ ਤੁਹਾਨੂੰ ਯਾਦ ਕਰਾ ਦਿੰਦਾ ਜੀ, ਜ਼ਰੂਰ ਪਲੀਜ਼। ਐਕਸੀਡੈਂਟ ਹੋ ਗਿਆ, ਬੰਦੇ ਜ਼ਮੀਨ ਤੇ ਡਿੱਗੇ ਪਏ ਆ, ਪੱਤਰਕਾਰਾਂ ਦੇ ਮੂੰਹ ਦੇ ਵਿੱਚ ਨਾ ਸਪੀਕਰ ਮਾਰ ਦੇਣਗੇ, ਆਪ ਕੈਸਾ ਮਹਿਸੂਸ ਕਰ ਰਹੇ ਹੈ? ਸਹੀ ਗੱਲ। ਦੂਸਰੀ ਐਗਜ਼ਾਮਪਲ ਇਹ ਦਾ ਲੱਗਾ ਕਿ ਆਪਣੇ ਰਾਹੁਲ ਗਾਂਧੀ ਜੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਬਗੈਰ ਕਿਸੇ ਪੱਤਰਕਾਰ ਨੂੰ ਦੱਸ ਕੇ। ਅੱਛਾ, ਉੱਥੇ ਕੀਰਤਨ ਸੁਣਨ ਲੱਗ ਪਏ ਬੈਠ ਕੇ ਰਾਹੁਲ ਗਾਂਧੀ, ਜਿਸਨੇ ਟੀਵੀ ਲੋਕਾਂ ਦੇ ਸੈੱਟ ਖੋਲ੍ਹਣ ਦੇਖਿਆ ਤੇ ਰਾਹੁਲ ਗਾਂਧੀ ਜਿੱਥੇ ਕੀਰਤਨ ਹੋ ਰਿਹਾ ਹਰਿਮੰਦਰ ਸਾਹਿਬ ਦੇ ਅੰਦਰ, ਉੱਥੇ ਅੱਖਾਂ ਮੀਟ ਕੇ ਬੈਠੇ, ਪੱਤਰਕਾਰ ਵੀ ਪਹੁੰਚ ਗਏ ਤੇ ਕਾਂਗਰਸ ਦੇ ਵਰਕਰ ਵੀ ਅੰਮ੍ਰਿਤਸਰ ਸਾਰੇ ਪਹੁੰਚ ਗਏ ਜਿੰਨੇ ਕੁ ਸੀਗੇ, ਪੱਤਰਕਾਰਾਂ ਨੇ ਮੈਂ ਤੁਹਾਡੇ ਨਾਲ ਕੋਈ ਗੱਲ ਨੀ ਕਰਨੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ। ਔਰ ਉਹਨੇ ਉਹੀ ਕੀਤਾ, ਆਪਣਾ ਪੱਤਰਕਾਰਾਂ ਨਾਲ ਬਿਲਕੁਲ ਗੱਲ ਨੀ ਕੀਤੀ, ਆਪਣੀ ਕਾਰ ਨੂੰ ਜਾ ਕੇ ਬੈਠ ਕੇ ਕਹਿੰਦੇ ਮੈਂ ਫਲਾਨੀ ਸਰ ਦੇ ਲਿਆ, ਉੱਥੇ ਆ ਕੇ ਜਿੰਨੀ ਮਰਜ਼ੀ ਸਵਾਲ ਪੁੱਛ ਲਓ, ਮੈਨੂੰ ਐਟਲੀਸਟ ਗੁਰੂ ਘਰ ਦੇ ਵਿੱਚ ਨਾ ਆਪਣੀ ਪੱਤਰਕਾਰਤਾ ਦਿਖਾਓ। ਬਿਲਕੁਲ ਉਹਨੇ ਸਹੀ ਕੀਤਾ, ਪਰ ਉਹਨੂੰ ਵੀ ਬਾਕੀ ਜਿਹੜੀਆਂ ਪਾਰਟੀਆਂ ਵਾਲੇ ਲੈਣਗੇ ਵੀ ਨਹੀਂ ਇਹ ਤਾਂ ਲੈ, ਇਹ ਤਾਂ ਐਂ ਕਰਦਾ, ਇਹ ਡਰਾਮੇਬਾਜ਼ੀ ਕਰਦਾ। ਜਦਕਿ ਕੋਈ ਲੀਡਰ ਜਦੋਂ ਜਾਂਦਾ ਹਰਿਮੰਦਰ ਸਾਹਿਬ ਤੇ ਉਹਦੇ ਨਾਲ ਕਾਫੀ ਵੱਡਾ ਸਾਰਾ ਹਜੂਮ ਹੁੰਦਾ, ਤੇ ਫਿਰ ਉਹ ਨਹੀਂ, ਪੰਜ ਬੰਦੇ ਸੀ ਸਿਰਫ ਉਹਦੇ ਨਾਲ, ਨਹੀਂ ਨਹੀਂ ਬਾਕੀ ਜਿਹੜੇ ਜਾਂਦੇ ਨੇ, ਬਾਕੀ ਜਿਹੜੇ ਫਿਰ ਤਾਂ ਪੂਰਾ ਪੰਜਾਬ ਹੀ ਆ ਜਾਂਦਾ ਉਹਦੇ ਨਾਲ, ਆਪਣੇ ਸਿਕਿਉਰਿਟੀ ਵਾਲੇ, ਆਪ ਇੱਕ ਡਰਾਈਵਰ। ਇਹ ਚੀਜ਼ ਪਹਿਲਾਂ ਅਸੀਂ ਮਨਪ੍ਰੀਤ ਬਾਦਲ ਦੀ ਵੀ ਦੇਖੀ ਸੀ, ਪਰ ਹੁਣ ਪਤਾ ਲੱਗਾ ਮਨਪ੍ਰੀਤ ਦੇ 6 ਕਮਰੇ 27 ਏਸੀ ਨੇ। ਚਲੋ ਵੀ ਮਨਪ੍ਰੀਤ ਨੂੰ ਵੀ ਮੇਰੇ ਨਾਲ ਜਾ ਜਾਂਦੇ ਆ। ਹਾਂਜੀ ਹਾਂਜੀ, ਨਹੀਂ ਵੈਸੇ ਤਾਂ ਅਸੀਂ ਦੇਖਿਆ ਸੀ ਆ ਚੀਜ਼, ਬਸਾਂ 6 ਹੀ ਆ ਉਹਨੂੰ ਕੋ ਹਜੇ ਵੀ। ਹਾਂਜੀ, ਬਸਾਂ 6 ਹੀ ਆ ਹਜੇ ਵੀ। ਹਾਂ 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 ਹਾਂ
ਚਲੋ ਮਿਹਰਬਾਨੀ ਥੈਂਕ ਸਰ, ਮਿਹਰਬਾਨੀ ਬਹੁਤ ਬਹੁਤ ਪੱਤਰਕਾਰੀ ਜੋ ਸੋ, ਬੇਸ਼ੱਕ ਅਸੀਂ ਵੀ ਉਸੇ ਕੈਟਾਗਰੀ 'ਚ ਆਉਂਦੇ ਹਾਂ ਐਂਟਰਟੇਨਮੈਂਟ ਦੇ, ਪਰ ਗੱਲ ਕਰਨੀ ਚਾਹੀਦੀ ਮੀਡੀਆ ਦੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ, ਇਹ ਬਾਸੀ ਦੀ ਕਾਲ ਹੈ ਅਤੇ ਇਹ ਧਿਆਨ ਫੋਨ ਵੱਲ ਨਹੀਂ ਦਿੰਦੇ। ਵੈਸੇ ਇਹਨਾਂ ਦੀ ਆਦਤ ਜਿਹੜੀ ਹੈਗੀ ਆ, ਮਾਸੀ ਦੀ ਗੱਲ ਕਰੀਏ ਤਾਂ ਮਾਸੀ ਨਾ ਫੋਨ ਵੱਲ ਧਿਆਨ, ਫੋਨ ਹੋਰ ਪਾਸੇ ਮਿਲਾ ਲੈਂਦੇ ਆ। ਦੂਜੇ ਚੈਨਲ 'ਤੇ ਕੋਈ ਕਾਲਿੰਗ ਸ਼ੋਅ ਚੱਲ ਰਿਹਾ, ਕਿਸੇ ਰੇਡੀਓ 'ਤੇ ਚੱਲਦਾ, ਅਤੇ ਨਾਲ ਉੱਧਰ ਵੀ ਮਿਲਾ ਲੈਣਾ ਵੀ ਜਿਹੜਾ ਪਹਿਲਾਂ ਲੱਗ ਗਿਆ ਅਤੇ ਉੱਥੇ ਗੱਲ ਕਰ ਲੈਣੀ। ਇਹ ਵੀ ਇੱਕ ਸੌਖਾ ਕੰਮ ਨਹੀਂ ਹੈਗਾ, ਇਹ ਵੀ ਬਹੁਤ ਔਖਾ ਕੰਮ ਹੈ ਇੰਨਾ ਕੁਛ ਮੈਨੇਜ ਕਰਨਾ। ਬਾਕੀ ਪੱਤਰਕਾਰਾਂ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਕਿ ਸਾਰੇ ਇੱਦਾਂ ਹੀ ਹੋਣ। ਅਸੀਂ ਅਗਰ ਜਸ ਪੰਜਾਬੀ ਦੀ ਗੱਲ ਕਰੀਏ ਤਾਂ ਸਾਡੀ ਕੋਸ਼ਿਸ਼ ਪੂਰੀ ਇਹੀ ਹੁੰਦੀ ਹੈ ਕਿ ਉਹ ਨਿਊਟਰਲ ਗੱਲ ਕੀਤੀ ਜਾਵੇ। ਜਿਹੜਾ ਬੰਦਾ ਬੈਠਾ ਕੋਈ ਗੈਸਟ ਹੈਗਾ ਕਿਸੇ ਵੀ ਪਾਰਟੀ ਦਾ ਹੈਗਾ, ਉਹ ਆਪਣੀ ਗੱਲ ਜਿਹੜੀ ਕਰਦਾ ਵੱਖਰੀ ਗੱਲ ਆ, ਪਰ ਸਾਡੇ ਵੱਲੋਂ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਨਿਊਟਰਲ ਗੱਲ ਕਰੀਏ। ਔਰ ਸਾਡੀ ਇਹ ਖੁਸ਼ਕਿਸਮਤੀ ਕਹਿ ਲਓ ਜਾਂ ਸਾਡੀ ਮੈਨੇਜਮੈਂਟ, ਸਾਡੇ CEO ਪੈਨੀ ਕੇ ਸੰਧੂ, ਉਹਨਾਂ ਦੀ ਇਹ ਕੋਸ਼ਿਸ਼ ਹੈ ਕਹਿ ਲਓ ਕਿ ਰੱਖਿਆ ਹੋਇਆ ਇਹ ਬਣਾ ਕੇ ਕਿ ਕਿਸੇ ਪਾਰਟੀ ਦਾ ਜਿਹੜਾ ਲੈਵਲ ਆ ਉਹ ਸਾਡੇ ਚੈਨਲ 'ਤੇ ਨਹੀਂ ਲੱਗਿਆ। ਬਾਕੀ ਸਾਰੇ ਤਕਰੀਬਨ ਚੈਨਲ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਵੀ ਇਹ ਫਲਾਨੇ ਦੀ ਫੇਵਰ ਕਰਦਾ ਅਤੇ ਇਹ ਫਲਾਨੇ ਦੀ ਕਰਦਾ। ਜਿੰਨੀਆਂ ਅਖਬਾਰਾਂ ਨੇ ਉਹ ਮੰਨੀਆਂ ਜਾਂਦੀਆਂ ਵੀ ਇਹ ਫਲਾਨੇ ਦੀ ਫੇਵਰ ਕਰਦੀਆਂ, ਫਲਾਨੇ ਦੀ ਕਰਦੀਆਂ, ਪਰ ਸਾਡੇ ਚੈਨਲ ਦਾ ਹਜੇ ਇਸ ਪੱਖੋਂ ਬਚਾਅ ਆ। ਔਰ ਕੋਸ਼ਿਸ਼ ਜਿਹੜੀ ਸਾਡੀ ਪੂਰੀ ਇਹ ਹੁੰਦੀ ਹੈ ਵੀ ਜੇ ਹੁਣ ਅੱਜ ਭਗਵੰਤ ਮਾਨ ਦੀ ਅਸੀਂ ਗੱਲ ਕੀਤੀ ਹੈ ਤਾਂ ਭਗਵੰਤ ਮਾਨ ਨਾਲ ਹਾਲਾਂਕਿ ਮੇਰੀ ਰੋਜ਼ ਗੱਲ ਹੁੰਦੀ, ਬਹੁਤ ਵਧੀਆ ਮਿੱਤਰ, ਤਾਂ ਮੈਨੂੰ ਉਹਦੀ ਜੇ ਦੂਜਾ ਪੱਖ ਦੇਖੀਏ ਤਾਂ ਮੈਨੂੰ ਤਾਰੀਫ ਹੀ ਕਰਨੀ ਬਣਦੀ ਹੈ। ਜਿਵੇਂ ਇੱਕ ਲੀਡਰ ਜਿਹੜੇ ਨੇ ਉਹ ਕਦੇ ਗਲਤੀ ਨਹੀਂ ਮੰਨਦੇ, ਉਹਨੇ ਮੰਨਣਾ ਹੀ ਨਹੀਂ ਵੀ ਇਹ ਗਲਤ ਹੋਈ ਹੈ, ਉਹ ਤਾਂ ਵੀਡੀਓ ਸਾਹਮਣੇ ਆ ਜਾਂਦੀ ਹੈ ਤੁਹਾਡੇ ਸਾਹਮਣੇ, ਵੀਡੀਓ ਹੈਗੀਆਂ ਪਈਆਂ ਨੇ ਉਹ ਵੀ ਨਹੀਂ ਮੰਨਦੇ ਜੀ ਇਸ ਵੀਡੀਓ 'ਚ ਮੈਂ ਹੈ ਹੀ ਨਹੀਂ। ਪਰ ਫਿਰ ਵੀ ਜਿੱਥੇ ਮੈਨੂੰ ਜਿਹੜੀ ਗੱਲ ਲੱਗੀ ਭਗਵੰਤ ਮਾਨ ਉਹਨਾਂ ਦੀ ਕਿ ਰਾਜਨੀਤੀ ਦਾ ਪਹਿਲਾ ਸਬਕ ਜਿਹੜਾ, ਵੈਸੇ ਪਹਿਲਾਂ ਇਹ ਕਹਿੰਦੇ ਸੀਗੇ ਵੀ ਸਕੇ ਪਿਓ 'ਤੇ ਵੀ ਵਿਸ਼ਵਾਸ ਨਾ ਕਰੋ ਰਾਜਨੀਤੀ 'ਚ ਆਉਣਾ ਜੇ, ਉਹ ਵੀ ਜੋਕ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਬੱਚਾ ਕਹਿੰਦਾ ਜੀ ਮੈਂ ਪਿਓ ਆਪਦੇ ਨੂੰ ਕਹਿੰਦਾ ਮੈਂ ਰਾਜਨੀਤੀ 'ਚ ਆਉਣਾ, ਅਤੇ ਉਹ ਕਹਿੰਦਾ ਵੀ ਰਾਜਨੀਤੀ 'ਚ ਆ ਜਾ ਪਹਿਲਾਂ, ਐਂ ਕਰ ਤੂੰ ਕੋਠੇ 'ਤੇ ਚੜ੍ਹ ਜਾ ਤਾਂ ਛਾਲ ਮਾਰ ਮੈਂ ਤੈਨੂੰ ਬੁੱਝ ਲੂੰਗਾ। ਉਹ ਕਹਿੰਦਾ ਪਾਪਾ ਮੈਂ ਡੈਪੂ ਸੱਟ ਲੱਗ ਦੂੰ, ਕਹਿੰਦਾ ਮੇਰੇ 'ਤੇ ਵਿਸ਼ਵਾਸ ਨਹੀਂ ਤੈਨੂੰ, ਤੂੰ ਛਾਲ ਮਾਰ ਮੈਂ ਤੈਨੂੰ ਕੈਚ ਕਰ ਲੈਣਾ, ਮੈਂ ਤੈਨੂੰ ਤੱਤੀ ਵੜਨ ਲੱਗਣ ਦਾ ਪੁੱਤ ਆ ਤੂੰ ਮੇਰਾ, ਇੱਕੋ ਇੱਕ ਪੁੱਤ ਆ। ਤੂੰ ਉਹਨੇ ਛਾਲ ਮਾਰੀ ਅਤੇ ਪਿਓ ਪਾਸੇ ਹਟ ਗਿਆ ਅਤੇ ਮੁੰਡਾ ਥੱਲੇ ਡੇ ਪਿਆ, ਉਹਦੇ ਸੱਟ ਸੁੱਟ ਲੱਗ ਗਈ ਅਤੇ ਪਿਓ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਆਹ ਤੂੰ ਬਾਪੂ ਚੰਗੀ ਕੀਤੀ ਮੇਰੇ ਨਾਲ, ਅਤੇ ਮੈਂ ਸੱਟ ਲੱਗ ਗਈ ਮੇਰੇ। ਉਹ ਕਹਿੰਦਾ ਪੁੱਤ ਰਾਜਨੀਤੀ ਤਾਂ ਪਹਿਲਾਂ ਸਭ ਕੀ ਹੈ ਵੀ ਸਕੇ ਪਿਓ 'ਤੇ ਵੀ ਵਿਸ਼ਵਾਸ ਨਾ ਕਰੋ। ਪਰ ਅਸੀਂ ਜੇ ਗੱਲ ਕਰੀਏ ਸਭ ਤੋਂ ਠਰੰਮਾ ਜਿਹੜਾ ਹੈਗਾ, ਠਰੰਮੇ ਦੇ ਵਿੱਚ ਦੂਜਾ ਜ਼ਰੂਰ ਤੁਹਾਨੂੰ ਉਕਸਾਉਣ ਦੀ ਕੋਸ਼ਿਸ਼ ਕਰੇਗਾ ਵੀ ਐਂ ਕਰ ਲਓ ਚੌਂਕ ਕਰ ਲਓ, ਪਰ ਠਰੰਮਾ ਫਿਰ ਵੀ ਬਹੁਤ ਜ਼ਰੂਰੀ ਹੈ ਹਰ ਫੀਲਡ ਦੇ ਵਿੱਚ। ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ? ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕਾਲ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਆ ਹਾਜ਼ਰਾਂ। ਫਿਰ ਇੱਕ ਵਾਰ ਗੱਲਬਾਤ ਜਿਵੇਂ ਚੱਲ ਰਹੀ ਸੀਗੀ ਪੱਤਰਕਾਰੀ ਦੀ, ਗੱਲਬਾਤ ਚੱਲ ਰਹੀ ਸੀ ਪੱਤਰਕਾਰੀ ਇੱਧਰਲੇ ਮੁਲਕਾਂ ਦੇ ਵਿੱਚ ਵੀ ਹੈ, ਇੰਡੀਆ ਦੇ ਵਿੱਚ ਵੀ ਹੈ। ਇੱਥੋਂ ਦੀ ਗੱਲ ਕਰੀਏ, ਅਖਬਾਰਾਂ ਬਹੁਤ ਨੇ ਇੱਥੋਂ ਕੈਲੀਫੋਰਨੀਆ ਦੇ ਵਿੱਚ, ਮੇਰੇ ਖਿਆਲ ਘੱਟੋ ਘੱਟ 15-20 ਅਖਬਾਰਾਂ ਹੀ ਹੋਣੀਆਂ ਪੰਜਾਬੀ ਦੀਆਂ, ਅਸੀਂ ਵੀ ਚਲੋ ਇੱਧਰ ਸ਼ੁਰੂ ਕੀਤੀ ਸੀਗੀ। ਕਨੇਡਾ ਦੇ ਵਿੱਚ ਬਹੁਤ ਨੇ, ਸੋ ਇਹ ਸਾਰੀ ਆਪੋ ਆਪਣੀ ਜਗ੍ਹਾ ਪੱਤਰਕਾਰੀ ਹੈਗੀ ਹੈ, ਅਤੇ ਬਹੁਤ ਸਾਰੇ ਪੱਤਰਕਾਰ ਇੱਥੇ ਵੀ ਐਸੇ ਹੈਗੇ ਨੇ, ਚਾਹੇ ਉਹ ਕਿਸੇ ਵੀ ਮੀਡੀਆ ਸੰਬੰਧਿਤ ਹੈਗੇ ਨੇ, ਜਿਨ੍ਹਾਂ ਨੇ ਇੱਕ ਕਿਸਮ ਦਾ ਟੇਢੇ ਢੰਗ ਨਾਲ ਗੱਲ ਕਰੀਏ ਤਾਂ ਬਲੈਕਮੇਲ ਕਰਕੇ ਤਾਂ ਉਹਨਾਂ ਨੂੰ ਲੋਕਾਂ ਕੋਲੋਂ ਪੈਸੇ ਲੈਣੇ, ਬਾਹਲੇ ਲੋਕ ਇਸੇ ਕਰਕੇ ਹੀ ਉਹਨਾਂ ਨੂੰ ਐਡ ਦਿੰਦੇ ਨੇ, ਜਾਂ ਉਹਨਾਂ ਨੂੰ ਕੁਛ ਕਹਿੰਦੇ ਨਹੀਂ ਹੈਗੇ ਵੀ ਯਾਰ ਇਹਦਾ ਕੀ ਪਤਾ ਕੀ ਲਿਖ ਦੇਵੇ। ਔਰ ਇਹੋ ਜਿਹੇ ਬੰਦੇ ਇਹਨਾਂ ਨੂੰ ਦਲੇਰ ਵੀ ਕਈ ਲੋਕ ਕਹਿੰਦੇ ਨੇ, ਬੜਾ ਦਲੇਰ ਪੱਤਰਕਾਰ ਆ ਵੀ ਇਹ ਨਹੀਂ ਪਰਵਾਹ ਕਰਦਾ ਕਿਸੇ ਦੀ। ਸੋ ਇਹੋ ਜਿਹਾ ਸਾਰਾ ਕੁਛ ਰਲਿਆ ਮਿਲਿਆ ਹੈਗਾ, ਪਰ ਅਸੀਂ ਗੱਲ ਜਿਹੜੀ ਕਰ ਰਹੇ ਸੀ ਪੰਜਾਬ ਦੀ ਕਰ ਰਹੇ ਸੀ, ਪੰਜਾਬ ਦੇ ਵਿੱਚ ਪੱਤਰਕਾਰੀ ਅਤੇ ਲੀਡਰੀ ਜਿਹੜਾ ਹੈ ਖਾਸ ਰਿਸ਼ਤਾ ਹੈਗਾ, ਔਰ ਉਹਦੇ 'ਚ ਠਰੰਮੇ ਦੀ ਗੱਲ ਚੱਲੀ ਸੀ। ਠਰੰਮੇ ਦੀ ਗੱਲ ਤਾਂ ਮੈਂ ਸਮਝਦਾ ਕਿ ਜਿਵੇਂ ਵੱਡੇ ਬਾਦਲ ਸਾਹਿਬ ਦੀ ਗੱਲ ਕਰਦੇ ਸੀ ਵੀ ਉਹਨਾਂ ਨੂੰ ਸ਼ਾਇਦ ਬਹੁਤ ਘੱਟ ਗੁੱਸਾ ਆਇਆ ਹੋਗਾ, ਉਹਨੂੰ ਕੋਈ ਵੀ ਸਵਾਲ ਪੁੱਛ ਲੈਂਦੇ ਤਾਂ ਉਹ ਇਹੀ ਕਹਿੰਦਾ ਹੁੰਦਾ ਵੀ ਨਹੀਂ ਕਾਕਾ ਮੈਨੂੰ ਨਹੀਂ ਪਤਾ, ਪੁੱਛ ਕੇ ਦੱਸ ਦੂੰਗਾ। ਉਹਨਾਂ ਨੂੰ ਪੁੱਛਿਆ ਬਾਦਲ ਸਾਹਿਬ ਤੁਹਾਡੇ ਘਰ ਨੌਕਰ ਕਿੰਨੇ ਨੇ, ਨਹੀਂ ਨਹੀਂ ਕਾਕਾ ਮੈਨੂੰ ਪਤਾ ਨਹੀਂ, ਮੈਂ ਪਤਾ ਕਰਕੇ ਦੱਸ ਦੂੰਗਾ। ਸੋ ਇਹ ਚੀਜ਼ਾਂ ਇੱਕ ਸਟਾਈਲ ਬਣ ਜਾਂਦਾ। ਹੈਲੋ ਹੈਲੋ ਹਾਂਜੀ, ਮੈਂ ਨੀ ਕੱਟਿਆ, ਮੈਂ ਤਾਂ ਹੈਲੋ ਹੈਲੋ ਕਰੀ ਗਿਆ, ਮੈਂ ਕਿਹਾ ਮਾਸੀ ਦਾ ਫੋਨ ਤੁਹਾਡਾ, ਨਹੀਂ ਮੈਂ ਆਇਆ ਸੀ ਬੇਟਾ, ਚੱਕਣ ਲੱਗੀ ਸੀ, ਚੱਕਣ ਲੱਗੀ ਸੀ, ਚੱਕਣ ਲੱਗੀ ਸੀ, ਕਿਹਾ ਕਿਤੇ ਹੋਰ ਪਾਸੇ ਬੁਲਾ ਲਿਆ ਹੁਣ। ਅੱਛਾ ਮੇਰੀ ਗੱਲ ਸੁਣ, ਮੇਰਾ ਫੋਨ ਨਾ ਕਰੀਏ ਨਾ, ਮੈਂ ਕਹਿੰਦਾ ਮੇਰੇ ਕੋਲ ਪੱਤਰਕਾਰ, ਮੇਰੇ ਕੋਲ ਪੱਤਰਕਾਰ ਮੇਰਾ ਭਾਣਜਾ ਹੈਗਾ ਨਿਰਭੋਲ ਰਾਜਾ ਬਲਿੰਗ ਤੋਂ, ਹਾਂ ਪੱਤਰਕਾਰ ਆ ਉਹ, ਤੇ ਮੈਂ ਉਹਨੂੰ ਆਖਿਆ ਨਾ ਨਿਰਭੋਲ ਨੂੰ, ਇੱਥੇ ਖਬਰਾਂ ਵੀ ਆਉਂਦੀਆਂ ਸਾਂਝੀ ਸੋਚਦੇ 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 ਆ, ਹੈਂ ਹਾਂਜੀ,
ਭਗਵੰਤ ਮਾਨੀ ਤੇ ਭਗਵੰਤ ਮਾਨ ਬਹੁਤ ਵਧੀਆ ਬੰਦਾ ਉਹ ਥੋੜਾ ਜਿਹਾ ਨਾ ਫਿਰ ਆਏ ਹੋ ਜਾਂਦਾ ਕਾਲਾ ਪੈ ਜਾਂਦਾ ਵੀ ਜਿਵੇਂ ਆਪਾਂ ਕਮੇਡੀ ਕਰਨੀ ਹੋਈ ਹੈ ਉਸ ਤਰ੍ਹਾਂ ਦਾ ਹਾਂ ਕਾਲਾ ਪੈ ਜਾਂਦਾ ਕਾਲਾ ਪੈ ਜਾਂਦਾ ਤੇ ਪੱਤਰਕਾਰਾਂ ਨੇ ਤਾਂ ਭਾਈ ਗੱਲਾਂ ਪੁੱਛਣ ਗਈਆਂ ਹੈਂ ਉਹਨਾਂ ਦਾ ਫਰਜ਼ ਵੀ ਬਣਦਾ ਤੇ ਇਹ ਕਈ ਏਦਾਂ ਜਿਹੜੇ ਮੀਡੀਆ ਇਹ ਖਬਰਾਂ ਹੋਰ ਦਿਖਾਉਂਦਾ ਖਬਰਾਂ ਹੋਰ ਹੁੰਦੀਆਂ ਤੇ ਭਗਵਾਨ ਦੂਜਾ ਬਈ ਹੁਣ ਜੰਗੀ ਸਾਹਿਬ ਅੱਜ ਮੇਰੀ ਕੁੜੀ ਆਈ ਸੀਗੀ ਮੈਨੂੰ ਮੈਂ ਸਾਨੂੰ ਮੰਗਾਇਆ ਤੇ ਨਾ ਇਹ ਮੇਰਾ ਮੇਰਾ ਅਸੀਂ ਦੋਹਤਾ ਵਕੀਲ ਆ ਵਕੀਲ ਬਣਨਾ ਉਹਨੇ ਹੈ ਠੀਕ ਹੈ ਠੀਕ ਹੈ ਕੱਲ ਨੂੰ ਲਿਆਉਂਗਾ ਤੁਸੀਂ ਆਪਣੇ ਭਾਣਜੇ ਨੂੰ ਪੁੱਛਿਓ ਵੀ ਤੁਹਾਨੂੰ ਜਿਹੜੇ ਲੀਡਰ ਹੈਗੇ ਨੇ ਜਾਂ ਸਰਕਾਰਾਂ ਦੀਆਂ ਮੰਤਰੀ ਹੈਗੇ ਨੇ ਉਹ ਗਿਫਟ ਗੁਫਟ ਵੀ ਦਿੰਦੇ ਕਿ ਓਦਾਂ ਹੀ ਮੁਫ਼ਤ ਪੱਤਰਕਾਰੀ ਕਰੀ ਜਾਂਦੇ ਆ ਪੁੱਛਿਓ ਪੱਤਰਕਾਰੀ ਜਿਹੜੀ ਹੈਗੀ ਪੱਤਰਕਾਰੀ ਦੇ ਵਿੱਚ ਬਹੁਤ ਪਵਿੱਤਰਤਾ ਵੀ ਚਾਹੀਦੀ ਪੱਤਰਕਾਰੀ ਦੇ ਵਿੱਚ ਹਰ ਚੀਜ਼ ਚਾਹੀਦੀ ਹੈ ਪਰ ਕੀ ਕਰੀਏ ਇਹੋ ਜਿਹੇ ਨਹੀਂ ਹੈਗੇ ਪੱਤਰਕਾਰ ਕਈ ਪੱਤਰਕਾਰ ਸਿਰਫ ਆਪਣੀ ਟੀ ਆਰ ਪੀ ਵਧਾਉਣ ਵਾਸਤੇ ਵੈਲਿਊ ਵਧਾਉਣ ਵਾਸਤੇ ਇਹੋ ਜਿਹੀਆਂ ਖਬਰ ਲਿਖਦੇ ਸਾਡੇ ਇੱਕ ਸੱਚੀ ਗੱਲ ਆ ਚਲੋ ਹੁਣ ਦੱਸ ਦਿੰਦੇ ਹਾਂ ਵਾਲੇ ਲੋਕ ਹੋ ਸਕਦਾ ਸਮਝ ਜਾਣਗੇ ਭਗਵੰਤ ਮਾਨ ਉਹਨਾਂ ਨਾਲ ਕੈਨੇਡਾ ਪ੍ਰੋਗਰਾਮ ਕਰਨ ਆਏ ਸੀ ਕਾਫੀ ਦੇਰ ਹੋ ਗਈ ਨਾਲ ਹੋਰ ਵੀ ਕਲਾਕਾਰ ਬਹੁਤ ਸੀਗੇ ਜਿਹਦੇ 'ਚ ਚਰਨਜੀਤ ਹੂਜਾ ਨਾਈਟ ਸੀਗੀ ਉਦੋਂ ਉਹਦੇ 'ਚ ਕਾਫੀ ਕਲਾਕਾਰ ਸਿੰਗਰ ਵੀ ਸੀਗੇ ਤਾਂ ਅਸੀਂ ਕਿਸੇ ਰੇਡੀਓ 'ਤੇ ਚੱਲ ਗਏ ਇੰਟਰਵਿਊ ਕਰਨ ਅਤੇ ਉਹ ਕਹਿੰਦੇ ਜੀ ਬੜਾ ਤੁਸੀਂ ਹਾਂਜੀ ਬਹੁਤ ਵਧੀਆ ਜੀ ਵਧੀਆ ਸੇਵਾ ਕੀਤੀ ਤੁਸੀਂ ਪੰਜਾਬੀ ਮਾਲ ਦੀ ਬਹੁਤ ਸੇਵਾ ਕੀਤੀ ਹੈ ਅਤੇ ਮੈਂ ਪਹਿਲਾ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਅੱਜ ਕੀ ਖਾਧਾ ਜੀ ਸਵੇਰੇ ਬੰਦਾ ਸੋਚਦਾ ਵੀ ਸੇਵਾ 'ਚ ਖਾਣ ਨਾਲ ਕਿਸਾਨ ਤਾਂ ਉਹ ਕਹਿੰਦੇ ਜੀ ਅੱਜ ਅਸੀਂ ਇੰਡੀਅਨ ਰੈਸਟੋਰੈਂਟ ਤੋਂ ਆਏ ਸੀਗੇ ਪਰੌਂਠੇ ਅਸੀਂ ਉਹ ਖਾਧੇ ਸੀ ਇਹ ਕਾਹਦੇ ਪਰੌਂਠੇ ਖਾਧੇ ਸੀ ਉਹ ਕਹਿੰਦੇ ਜੀ ਗੋਭੀ ਦੇ ਸੀ ਆਲੂ ਦੇ ਕਿਉਂ ਨਹੀਂ ਖਾਧੇ ਉਹ ਬੰਦਾ ਹੁਣ ਜਦੋਂ ਇਹੋ ਜਿਹੇ ਸਵਾਲ ਪੁੱਛੂ ਪੱਤਰਕਾਰ ਮੇਰੇ ਵਰਗਾ ਤਾਂ ਬੰਦੇ ਨੇ ਇਰੀਟੇਟ ਤਾਂ ਹੋਣਾ ਹੀ ਹੋਣਾ ਫਿਰ ਉਹਦੇ ਇਹੋ ਜਿਹੇ ਸਵਾਲ ਹੁੰਦੇ ਸੀ ਕਿਹੜੀ ਏਅਰਲਾਈਨ 'ਚ ਆਏ ਉਹ ਕਹਿੰਦੇ ਜੀ ਫਲਾਨੀ ਫਲਾਨੀ 'ਚ ਕਿਉਂ ਨਹੀਂ ਆਏ ਇਹੋ ਜਿਹੇ ਸਤਵਿੰਦਰ ਬੁੱਗਾ ਸਾਹਿਬ ਨੂੰ ਉਹਨਾਂ ਨੇ ਸਵਾਲ ਪੁੱਛਿਆ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਚਰਨਜੀਤ ਹੂਜਾ ਸਾਹਿਬ ਨੂੰ ਛੱਡ ਕੇ ਚੱਲ ਗਏ ਤੁਸੀਂ ਕਦੋਂ ਛੱਡ ਰਹੇ ਹੋ ਹੁਣ ਉਹਦਾ ਕੀ ਜਵਾਬ ਦੇਵੇ ਤਾਂ ਉਹ ਕਹਿੰਦਾ ਜੀ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਯਾਰੀ ਜੱਟਦੀ ਤੂੰ ਦਾ ਮੋਸ਼ਾ ਕਦੇ ਨਾ ਵਿਚਾਲੇ ਟੁੱਟਦੀ ਤੂੰ ਪੱਤਰਕਾਰ ਇੰਨਾ ਤੇਜ਼ ਤਾਂ ਕਹਿੰਦਾ ਬੁੱਗਾ ਜੀ ਤੁਹਾਨੂੰ ਵੀ ਨਹੀਂ ਪਤਾ ਹੋਣਾ ਯਾਰੀ ਲੱਗੀ ਤਾਂ ਲਵਾਲੇ ਤਖਤੇ ਟੁੱਟੀ ਤੋਂ ਚਗਾਟ ਪੱਟ ਲਈ ਸੋ ਇਹੋ ਜਿਹੇ ਪੱਤਰਕਾਰ ਜਿਹੜੇ ਹੈਗੇ ਨੇ ਉਹਨਾਂ ਬੰਦੇ ਨੂੰ ਇਰੀਟੇਟ ਕਰਦੇ ਨੇ ਚਲੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਆ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਫਿਰ ਕਾਲਾਂ ਲੈਣ ਦੀ ਪਰ ਫਿਲਹਾਲ ਬ੍ਰੇਕ ਲੈਂਦੇ ਹਾਂ ਪੱਤਰਕਾਰੀ ਪਲੱਸ ਲੀਡਰੀ ਜਿਹੜੀ ਹੈਗੀ ਆ ਉਹ ਤੀਜੀ ਆ ਗਈ ਪੱਖਪਾਤ ਅਤੇ ਚੌਥਾ ਪੱਪਾ ਜਿਹੜਾ ਆ ਗਿਆ ਪੈਸਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਔਰ ਅੱਜ ਪੱਤਰਕਾਰੀ ਦੇ ਵਿੱਚ ਬਹੁਤ ਹਾਵੀ ਹੋ ਗਈਆਂ ਨੇ ਬਹੁਤ ਸਾਰੇ ਚੈਨਲਾਂ ਦੇ ਉੱਪਰ ਇਹ ਇਲਜ਼ਾਮ ਹੈ ਕਿ ਇਹ ਫਲਾਨੇ ਕੋ ਵਿਕੇ ਨੇ ਇਹ ਮੋਦੀ ਕੋ ਵਿਕੇ ਨੇ ਅਤੇ ਇਹ ਸੋਨੀਆ ਗਾਂਧੀ ਕੋ ਵਿਕੇ ਨੇ ਅਤੇ ਇਹਦੇ ਵਿੱਚ ਸੱਚਾਈ ਕੀ ਹੈ ਕੀ ਨਹੀਂ ਹੈ ਇਹਦੇ ਸਾਨੂੰ ਸੋਚਣਾ ਪਏਗਾ ਇਹਦੇ ਦੇਖਣਾ ਪਏਗਾ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਵੈਸੇ ਅਗਰ ਅਸੀਂ ਕਿਸੇ ਵੀ ਟੋਪਿਕ 'ਤੇ ਗੱਲਾਂ ਕਰਨ ਲੱਗ ਜਾਈਏ ਚਾਹੇ ਉਹ ਚੰਗਾ ਚਾਹੇ ਮਾੜਾ ਤਾਂ ਉਹ ਭਾਵੇਂ ਜਿੰਨਾ ਚਿਰ ਮਰਜ਼ੀ ਗੱਲਾਂ ਕਰੀਏ ਚੰਡੀਗੜ੍ਹ ਦੀ ਮੈਂ ਗੱਲ ਕਰਾਂ ਤਾਂ ਦੋ ਤਿੰਨ ਪੱਤਰਕਾਰ ਐਸੇ ਸੀ ਜਿਨ੍ਹਾਂ ਨੇ ਕਦੀ ਕਿਸੇ ਕੋਲੋਂ ਚਾਹ ਵੀ ਨਹੀਂ ਪੀਤੀ ਸੀ ਪਾਣੀ ਵੀ ਨਹੀਂ ਪੀਤਾ ਸੀ ਸਾਡੀ ਇੱਥੇ ਕੈਲੀਫੋਰਨੀਆ ਇੱਕ ਪੱਤਰਕਾਰ ਇਹੋ ਜਿਹਾ ਕਿਤੇ ਵੀ ਜਾਂਦਾ ਉਹ ਉਹਦੇ ਪਾਣੀ ਵੀ ਨਹੀਂ ਉੱਥੋਂ ਪੀਂਦਾ ਚਾਹੇ ਲੰਗਰ ਲੱਗਿਆ ਹੋਵੇ ਲੰਗਰ 'ਚੋਂ ਵੀ ਨਹੀਂ ਪਾਣੀ ਪੀਂਦਾ ਚਾਹੇ ਖਾਂਦਾ ਹੀ ਨਹੀਂ ਕੁਛ ਕਹਿੰਦਾ ਨਹੀਂ ਮੈਂ ਪੱਤਰਕਾਰੀ ਜਿਹੜੀ ਮੈਂ ਇੱਦਾਂ ਨਹੀਂ ਕਰਨੀ ਕੋਈ ਕਵੇ ਨਾ ਕੱਲ੍ਹ ਨੂੰ ਇਹੋ ਜਿਹੇ ਵੀ ਹੈਗੇ ਨੇ ਬਹੁਤ ਸਾਰੇ ਪੱਤਰਕਾਰ ਇਹੋ ਜਿਹੇ ਵੀ ਨੇ ਜਦੋਂ ਉਹਨੂੰ ਇਨਵੀਟੇਸ਼ਨ ਜਾਂਦਾ ਤਾਂ ਉਹ ਪਹਿਲਾਂ ਦੇਖਦੇ ਨੇ ਵੀ ਉੱਥੇ ਟਾਈਮ ਕਿਹੜਾ ਇਹ ਚਾਹ ਦਾ ਟਾਈਮ ਹੈ ਪ੍ਰੈਸ ਕਾਨਫਰੰਸ ਦਾ ਕਿ ਕਾਹਦਾ ਖਾਣ ਪੀਣ ਦਾ ਟਾਈਮ ਹੈ ਫਿਰ ਉਸ ਹਿਸਾਬ ਨਾਲ ਪੱਤਰਕਾਰ ਡਿਸਾਈਡ ਕਰਦੇ ਵੀ ਚਾਹ ਦਾ ਟਾਈਮ ਹੈ ਯਾਰ ਤੂੰ ਚੱਲ ਜਾ ਛੋਟੇ ਛੋਟੂ ਜਾ ਯਾਰ ਫੋਟੋਆਂ ਖਿੱਚਣੀਆਂ ਚਾਹ ਤੂੰ ਖਿੱਚ ਕੇ ਆ ਜੀ ਅਤੇ ਜੇ ਦੂਜਾ ਟਾਈਮ ਹੈ ਖਾਣ ਪੀਣ ਦਾ ਤਾਂ ਫਿਰ ਵੱਡੇ ਪੱਤਰਕਾਰ ਆਪ ਜਾਂਦੇ ਨੇ ਹੈਲੋ 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 ਜੀ ਸਤਿ ਸ਼੍ਰੀ ਅਕਾਲ ਹੈਲੋ ਟਾਈਮ ਥੋੜ੍ਹਾ ਜਿਹਾ ਸੀਗਾ ਮੈਂ ਕਿਹਾ ਕਾਲ ਲੈ ਲੈਂਦੇ ਪਰ ਕਾਲ ਧਿਆਨ ਹੈ ਨਹੀਂ ਸਤਪਾਲ ਸਿੰਘ ਜੀ ਹੈਗਾ ਜੀ ਨੰਬਰ ਅਤੇ ਇਹਨਾਂ ਦਾ 650 ਏਰੀਆ ਕੋਡ ਹੈ ਅਤੇ ਧਿਆਨ ਫੋਨ ਵੱਲ ਹੈ ਨਹੀਂ ਸੋ ਮਾਫ਼ੀ ਚਾਹੁੰਦਾ ਕਾਲਾਂ ਦਾ ਫਿਰ ਆਪਾਂ ਸਿਲਸਿਲਾ ਬੰਦ ਹੀ ਕਰਦੇ ਹਾਂ ਗੱਲ ਮੁੜ ਕੇ ਫਿਰ ਆ ਕੇ ਪੱਤਰਕਾਰੀ ਦੀ ਕਰੀਏ ਚਾਹੇ ਕਿਸੇ ਵੀ ਫੀਲਡ ਦੀ ਕਰੀਏ ਚਾਹੇ ਐਸੇ ਕਿਸੇ ਮਹਿਕਮੇ ਦੀ ਕਰੀਏ ਚਾਹੇ ਐਸੇ ਕੋਈ ਵੀ ਫੀਲਡ ਹੈਗਾ ਜਿਹਦਾ ਰੋਬ ਅਸੀਂ ਪਾ ਸਕਦੇ ਜਿਹਦੇ ਨਾਲ ਬਲੈਕਮੇਲ ਕਰ ਸਕਦੇ ਹਾਂ ਉਹ ਚੀਜ਼ ਬਿਲਕੁਲ ਨਹੀਂ ਚਾਹੀਦੀ
ਬਹੁਤ ਚੰਗੇ ਤੋਂ ਚੰਗੇ ਲੋਕ ਪਏ ਨੇ ਹਰ ਫੀਲਡ ਦੇ ਵਿੱਚ, ਅਤੇ ਮਾੜੇ ਤੋਂ ਮਾੜੇ ਪਏ ਨੇ। ਉਹ ਵੱਖਰੀ ਗੱਲ ਹੈ ਵੀ ਜਿਹੜੇ ਮਾੜੇ ਨੇ ਉਹ ਚੰਗਿਆਂ ਨੂੰ ਵੀ ਮਾੜਾ ਬਣਾ ਦਿੰਦੇ ਨੇ, ਜਿਵੇਂ ਕਹਿੰਦੇ ਵੀ ਇੱਕ ਲਿਬੜੀ ਹੋਈ ਮੱਝ ਸਾਰੇ ਤਲਾਬ ਨੂੰ ਕਹਿੰਦੇ ਗੰਦਾ ਕਰ ਦਿੰਦੀ ਹੈ। ਅਤੇ ਹੁਣ ਮੱਝ ਅੱਗੇ ਉਹ ਜਵਾਬ ਦਿੰਦੀ ਵੀ ਭਾਈ ਮੈਂ ਤਾਂ ਲਿਬੜੀ ਹੋਈ ਹਾਂ ਤਾਂ ਤਲਾਬ ਜਾ ਕੇ ਸਾਫ਼ ਹੋਊਂਗੀ, ਨਹਾਊਂਗੀ ਮੈਂ, ਹੋਰ ਮੇਰੇ ਕਿਹੜੇ ਸਵਿਮਿੰਗ ਪੂਲ ਬਣੇ ਆ। ਸੋ ਇਹ ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿੰਦੀਆਂ। ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਜਿਹੜਾ ਵਧੀਆ ਲੱਗਿਆ ਹੋਏਗਾ ਜੀ, ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਵੀ ਤੁਹਾਨੂੰ ਵਧੀਆ ਲੱਗਿਆ ਹੈਗਾ। ਵਿਸ਼ਾ ਮੈਂ ਹੋਰ ਲਿਆ ਸੀ, ਖੜ੍ਹੇ ਪੈਰ ਮੈਂ ਵਿਸ਼ਾ ਚੇਂਜ ਕੀਤਾ, ਪਰ ਮੈਂ ਓਵਰਆਲ ਗੱਲਾਂ ਬਾਤਾਂ ਜਿਹੜੀਆਂ ਮੈਨੂੰ ਬਹੁਤ ਵਧੀਆ ਲੱਗੀਆਂ, ਬੜਾ ਕੁਛ ਦੇਖਣ ਸੁਣਨ ਨੂੰ ਮਿਲਦਾ, ਬੜਾ ਕੁਛ ਸਿੱਖਣ ਨੂੰ ਮਿਲਦਾ। ਸੋ ਰਾਜਨੀਤੀ ਅਤੇ ਪੱਤਰਕਾਰੀ ਦੋਨੋਂ ਇੱਕ ਵੱਖਰੇ ਵੱਖਰੇ ਫੀਲਡ ਨੇ ਔਰ ਵੱਖਰਾ ਵੱਖਰਾ ਇਹਨਾਂ ਦਾ ਰੰਗ ਢੰਗ ਹੈਗਾ ਕੰਮ ਕਾਰ ਕਰਨ ਦਾ। ਸੋ ਮੈਨੂੰ ਤੁਸੀਂ ਕੋਈ ਗੱਲਬਾਤ ਪੁੱਛਣੀ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਕੋਈ ਆਪਣੀ ਜਾਣਕਾਰੀ ਪੂਰੀ ਦੁਨੀਆ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ, ਸਾਂਝੀ ਕਰਨੀ ਚਾਹੁੰਦੇ ਹੋ, ਤਾਂ ਈਮੇਲ ਆਈਡੀ ਨੋਟ ਕਰ ਲਓ, jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਆ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3363, ਕਦੇ ਵੀ ਕਾਲ ਕਰ ਸਕਦੇ ਹੋ। ਫੋਨ ਮੇਰਾ ਬੰਦ ਕਦੇ ਨਹੀਂ ਹੁੰਦਾ, ਉਹ ਵੱਖਰੀ ਗੱਲ ਹੈ, ਚੱਕਾਂ ਨਾ ਕਦੇ ਬਿਜ਼ੀ ਹੋਵਾਂ ਤਾਂ ਜਾਂ ਸੁੱਤੇ ਸੁੱਤੇ ਹੋਈਏ ਤਾਂ ਨਾ ਚੱਕੀਏ, ਪਰ ਮੈਂ ਬਾਅਦ ਦੇ ਵਿੱਚ ਕੋਸ਼ਿਸ਼ ਹੁੰਦੀ ਵੀ ਕਰ ਲਵਾਂ, ਅਤੇ ਮੈਂ ਭੁੱਲ ਜਾਵਾਂ ਤਾਂ ਤੁਸੀਂ ਦੁਬਾਰਾ ਜ਼ਰੂਰ ਕਰ ਲਿਆ ਕਰੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।